ਸਤਿ ਸ਼੍ਰੀ ਅਕਾਲ ਸਾਂਝ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਕੀਰਤੀ ਤੇ ਲੈ ਕੇ ਹਾਜ਼ਰ ਹਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਜਜ਼ਬਾਤ। ਤੇ ਜਜ਼ਬਾਤ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਜਜ਼ਬਾਤਾਂ ਤੇ ਗੱਲ ਕੀਤੀ ਜਾਂਦੀ ਹੈ, ਚਾਹੇ ਉਹ ਕੋਈ ਵੀ ਆਰਟਿਸਟ ਹੋਵੇ, ਕਿਉਂਕਿ ਕਲਾ ਜਿਹੜੀ ਉਹ ਜਜ਼ਬਾਤਾਂ ਰਾਹੀਂ ਆਉਂਦੀ ਹੈ ਤੇ ਜਜ਼ਬਾਤ ਹੀ ਸਾਡੇ ਸ਼ਬਦਾਂ ਰਾਹੀਂ ਬਾਹਰ ਆਉਂਦੇ ਨੇ। ਚਾਹੇ ਉਹ ਕੋਈ ਲਿਖਾਰੀ ਹੋਵੇ, ਚਾਹੇ ਉਹ ਕੋਈ ਬੋਲਣ ਵਾਲਾ ਸਿੰਗਰ ਹੋਵੇ, ਗੀਤਕਾਰ ਹੋਵੇ, ਗੁਲਕਾਰ ਹੋਵੇ, ਤੇ ਜਦੋਂ ਉਹ ਬੋਲਦਾ ਆਪਣੇ ਜਜ਼ਬਾਤਾਂ ਰਾਹੀਂ ਆਪਣੀ ਗੱਲ ਨੂੰ ਬਿਆਨ ਕਰਦਾ, ਕਿਉਂਕਿ ਹਮੇਸ਼ਾ ਜਿਹੜੇ ਜਜ਼ਬਾਤ ਹੁੰਦੇ ਉਹ ਗੁੱਸੇ 'ਚ ਨਹੀਂ ਜ਼ਾਹਰ ਕੀਤੇ ਜਾ ਸਕਦੇ, ਜਾਂ ਬੋਲ ਕੇ ਕਈ ਵਾਰੀ ਅਸੀਂ ਨਹੀਂ ਕਿਸੇ ਨੂੰ ਸਮਝਾ ਸਕਦੇ, ਪਰ ਗਾ ਕੇ ਅਸੀਂ ਜਿਹੜੇ ਵਿਸਥਾਰ ਦੇ ਨਾਲ ਆ ਆਪਣੇ ਜਜ਼ਬਾਤ ਕਿਸੇ ਨੂੰ ਸਮਝਾ ਸਕਦੇ। ਸੋ ਉਹੀ ਜਜ਼ਬਾਤਾਂ ਤੇ ਗੱਲ ਕਰਨ ਦੇ ਲਈ ਆ ਸਾਡੇ ਕੋਲ ਬੜੇ ਖਾਸ ਮਹਿਮਾਨ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ, ਤੇ ਬੜੀ ਇੱਕ ਕਹਿੰਦੇ ਕਿ ਸ਼ੁਰੂਆਤ ਜਿਹੜੀ ਬੜੀ ਚੰਗੀ ਹੋਣੀ ਚਾਹੀਦੀ ਹੈ, ਤੇ ਸਵੇਰ ਦਾ ਭੁੱਲਿਆ ਜਦੋਂ ਘਰ ਵਾਪਸ ਆ ਜਾਂਦਾ ਉਹਨੂੰ ਭੁੱਲਿਆ ਨਹੀਂ ਕਹਿੰਦੇ। ਸੋ ਉਹ ਜਿਹੜੇ ਆਰਟਿਸਟ ਦੇ ਨਾਲ ਅਸੀਂ ਤੁਹਾਨੂੰ ਅਸੀਂ ਮਿਲਾਉਣ ਜਾ ਰਹੇ ਹਾਂ, ਉਹ ਵੀ ਕੁਝ ਇਸੇ ਤਰ੍ਹਾਂ ਮੁੜ ਘੇੜੇ ਤੋਂ ਵਾਪਸ ਆਏ ਨੇ, ਪਰ ਜਦੋਂ ਘਰ ਵਾਪਸ ਆ ਗਏ ਆ ਤੇ ਉਹਨਾਂ ਦਾ ਵੈਲਕਮ ਕਰਦੇ ਹਾਂ। ਸੋ ਉਹਨਾਂ ਦਾ ਪਹਿਲਾਂ ਸਟੂਡੀਓ ਦੇ ਵਿੱਚ ਸਵਾਗਤ ਕਰਦੇ ਹਾਂ। ਦੀਪੂ ਰਾਜਪੂਤ ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ ਹੈ? ਠੀਕ ਠਾਕ ਹੋ? ਵਧੀਆ ਜੀ ਵਧੀਆ। ਇਹ ਗੱਲ ਮੈਂ ਤਾਂ ਕਹੀ ਵੀ ਸਵੇਰ ਦਾ ਭੁੱਲਿਆ ਜਦੋਂ ਘਰ ਵਾਪਸ ਆ ਜਾਂਦਾ ਉਹਨੂੰ ਭੁੱਲਿਆ ਨਹੀਂ ਕਹਿੰਦੇ, ਕਿਉਂਕਿ ਤੁਸੀਂ ਵੀ ਬੜੇ ਮੋੜ ਘੇੜਿਆਂ ਤੋਂ ਵਾਪਸ ਆਏ ਆ, ਪਰ ਚੰਗੇ ਟਰੈਕ ਤੇ ਆ ਗਏ ਆ। ਹਾਂਜੀ। ਤੇ ਪਰ ਜੇ ਸ਼ੁਰੂਆਤੀ ਦੌਰ ਦੀ ਗੱਲ ਕਰੀਏ, ਕਿਉਂਕਿ ਇੰਨੀ ਸਮਝ ਨਹੀਂ ਹੁੰਦੀ ਵੀ ਅਸੀਂ ਕਿਹੜੇ ਟਰੈਕ ਨੂੰ ਚੁਣਨਾ ਆ, ਬਹੁਤ ਸਾਰੀਆਂ ਆਪਸ਼ਨਸ ਹੁੰਦੀਆਂ ਸਾਡੇ ਕੋਲ, ਤੇ ਜਦੋਂ ਤੁਸੀਂ ਤੁਹਾਡੇ ਸਾਹਮਣੇ ਬਹੁਤ ਸਾਰੀਆਂ ਆਪਸ਼ਨਸ ਆਈਆਂ ਹੋਣੀਆਂ, ਤੇ ਸਿੰਗਿੰਗ ਨੂੰ ਹੀ ਕਿਉਂ ਚੁਣਿਆ? ਮੈਮ ਸਿੰਗਿੰਗ ਐਵੇਂ ਆ, ਹਰ ਇਨਸਾਨ ਨਹੀਂ ਬੰਦਾ ਚੁਣ ਸਕਦਾ, ਹੈ ਨਾ, ਜਿਹਦੇ ਗਲੇ 'ਚ ਮਾਂ ਸਰਸਵਤੀ ਦਾ ਵਾਸ ਹੋਵੇ ਉਹੀ ਗਾ ਸਕਦਾ। ਦੂਸਰੀ ਗੱਲ, ਸਿੰਗਿੰਗ ਬਹੁਤ ਔਖੀ ਹੈ, ਗਾਉਣਾ ਤਾਂ ਕਿਸੇ ਨੂੰ ਵੀ ਨਹੀਂ ਅੱਜ ਤੱਕ ਆਇਆ, ਗਾਉਣਾ ਬਹੁਤ ਔਖਾ ਜੀ। ਉਹ ਤਾਂ ਸਿਰਫ ਇੱਕ ਰੋਟੀ ਚਲਾਉਣ ਦਾ ਜ਼ਰੀਆ ਲਾ ਲਓ, ਕੋਈ ਬੰਦਾ ਉੱਦਾਂ ਲਾ ਲਓ ਜੀ। ਇਹ ਚੀਜ਼ ਜਿਹੜੀ ਸ਼ੁਰੂਆਤ ਹੈ, ਜਾਂ ਇਹ ਗੋਡ ਗਿਫਟਡ ਆਵਾਜ਼ ਆਈ ਸੀ ਜਾਂ ਸਿੱਖਿਆ ਕਿਸੇ ਤੋਂ? ਸਿੱਖਿਆ ਤਾਂ ਜੀ ਆਪਣੇ ਸਿੱਖਿਆ ਮੇਰੇ ਗੁਰੂ ਜੀ ਹੈਗੇ ਆ ਜੈਫਰ ਹੁਸੈਨ ਜੀ ਭੁੱਲਰ ਆਈ ਤੋਂ, ਤੇ ਮੇਰਾ ਗੁਰ ਭਾਈ ਯੂਸੁਫ ਭਾਜੀ ਜੀ, ਨਾ ਮੇਰਾ ਬਰੋ ਵੀ ਲਾ ਲਓ, ਅਸੀਂ ਗੁਰ ਭਾਈ ਇਕੱਠੇ ਜੀ, ਇੱਕ ਦੂਜੇ ਨੂੰ ਦੇਖ ਕੇ ਬਣੇ ਜੀ। ਸ਼ੁਰੂਆਤੀ ਦੌਰ ਕਿਹੋ ਜਿਹਾ ਰਿਹਾ? ਸ਼ੁਰੂਆਤੀ ਦੌਰ ਵਧੀਆ ਸੀਗਾ ਜੀ, ਸਭ ਕੁਝ ਮਤਲਬ ਸਿੱਖਦੇ ਗਏ ਤਾਂ ਹੌਲੀ ਹੌਲੀ ਸਮਝ ਪੈਂਦੀ ਸੀ ਜੀ। ਹਾਂਜੀ। ਜਦੋਂ ਇੰਡੀਅਨ ਆਈਡਲ ਦਾ ਸਫ਼ਰ ਦੀਪੂ ਰਾਜਪੂਤ ਤੈਅ ਕਰਦਾ ਆ, ਉਹਦੇ ਦੌਰਾਨ ਵੀ ਬੜੇ ਮਨਮਟਾਵ ਹੁੰਦੇ, ਦਿਮਾਗ ਦੇ ਵਿੱਚ ਬਹੁਤ ਸਾਰੇ ਸਵਾਲ ਹੁੰਦੇ, ਕੀ ਸਵਾਲ ਸੀ ਤੁਹਾਡੇ, ਕੀ ਮੋਟਿਵ ਲੈ ਕੇ ਗਏ ਸੀ ਇੰਡੀਅਨ ਆਈਡਲ ਦੇ ਵਿੱਚ? ਇੰਡੀਅਨ ਆਈਡਲ ਆਡੀਸ਼ਨ ਹੋਇਆ ਸੀ ਅੰਮ੍ਰਿਤਸਰ ਜੀ ਜੀ, ਅੰਮ੍ਰਿਤਸਰ ਜਦੋਂ ਆਡੀਸ਼ਨ ਹੋਇਆ ਤੇ ਮੈਂ ਕਿਹਾ ਜੇ ਆਉਂਦੇ ਹਾਂ, ਤੇ ਮੈਨੂੰ ਕੋਈ ਮੇਰਾ ਫਰੈਂਡ ਲੱਗ ਗਿਆ ਤੇ ਕਿ ਤੂੰ ਚੱਲ ਕੋਈ ਨਹੀਂ ਨਾ, ਉੱਥੇ ਬੈਠੇ ਸੀਗੇ ਜੱਜ ਆਪਣੇ ਸੀ ਮੁੰਡੇ, ਅਤੇ ਫਿਰ ਉਹ ਉੱਥੋਂ ਮੈਨੂੰ ਮੇਲ ਆਈ ਸੀਗੀ ਬੋਂਬੇ ਤੋਂ, ਮੈਂ ਸਿਲੈਕਟ ਹੋ ਗਿਆ ਸੀਗਾ ਅਤੇ ਬੋਂਬੇ ਤੋਂ ਮੇਲ ਆਈ ਸੀਗੀ, ਅਤੇ ਫਿਰ ਬਾਅਦ ਵਿੱਚ ਬੋਂਬੇ ਮੈਂ ਪਹੁੰਚਿਆ ਮਹਾਲਕਸ਼ਮੀ ਸਟੂਡੀਓ ਡੇਰੀ ਜੀ, ਅਤੇ ਉੱਥੇ ਜਾ ਕੇ ਫਿਰ ਖੇਡੇ, ਤਾਂ ਉੱਥੇ ਦੌਰ ਐਵੇਂ ਦਾ ਹੁੰਦਾ ਅਤੇ ਮੈਂ ਇਕੱਲਾ ਗਾਉਣ ਵਾਲਾ ਨਹੀਂ, ਬਹੁਤ ਮੇਰੇ ਤੋਂ ਵੀ ਖਰੇ ਗਾਉਣ ਵਾਲੇ ਬਹੁਤ ਹੁੰਦੇ ਜੀ। ਹਾਂਜੀ, ਬਹੁਤ ਖਰੇ ਗਾਉਣ ਵਾਲੇ। ਕੀ ਲੱਗਦਾ ਸੀ ਉੱਥੇ ਜਾ ਕੇ ਵੀ ਜਿਹੜਾ ਹੁਣ ਦਾ ਸਮਾਂ ਜਿਹੜਾ ਉਹ ਆਉਣ ਵਾਲਾ ਕਿਵੇਂ ਦਾ ਹੋਊਗਾ? ਬਹੁਤ ਸਾਰੇ ਸਵਾਲ ਹੁੰਦੇ ਦੀਪੂ ਦੇ ਦਿਮਾਗ 'ਚ ਵੀ ਹੋਣਗੇ। ਸਫ਼ਰ ਐਵੇਂ ਦਾ ਸੀ, ਕਹਿੰਦੇ ਹੁੰਦੇ ਨਾ ਜਦੋਂ ਸਿੱਕਾ ਚੱਲਦਾ ਤੁਹਾਨੂੰ ਕੋਈ ਰੋਕ ਨਹੀਂ ਸਕਦਾ, ਕਿਸਮਤ ਬਦਲਣ ਦਾ ਮਿੰਟ ਮਿੰਟ ਨਹੀਂ ਲੱਗਦਾ, ਹੈ ਨਾ, ਰਾਤ ਹੋਈ ਨਹੀਂ ਸਵੇਰੇ ਬੰਦਾ ਸਟਾਰ ਹੋਇਆ ਹੁੰਦਾ। ਆਪਣੇ ਦਿਲ ਵਿੱਚ ਵੀ ਐਵੇਂ ਦੇ ਸੀਗੇ ਕਿ ਮੈਂ ਕੁਛ ਬਣਾ, ਆਪਣੇ ਮੰਮਾ ਪਾਪਾ ਦਾ ਨਾਮ ਰੋਸ਼ਨ ਕਰਾਂ ਜੀ, ਹਰ ਚੀਜ਼ ਦੇ ਵਿੱਚ ਹੁੰਦਾ ਚਾਹ, ਹਰ ਚੀਜ਼ ਦੇ ਵਿੱਚ ਸੀਗਾ ਕਿ ਕੁਛ ਬਣੀ, ਹੈ ਨਾ, ਪਰ ਮਿਹਨਤ ਐਵੇਂ ਦੀ ਆ ਜਾਂਦੀ ਹੈ ਜੀ, ਜਦੋਂ ਵੀ ਮਿਹਨਤ ਆਉਂਦੀ ਹੈ ਨਾ, ਸਵੇਰ ਨੂੰ 4 ਵਜੇ ਵੀ ਉੱਠਣਾ ਪੈਂਦਾ ਜੀ, ਬੰਦਾ ਕਹਿ ਦਿੰਦਾ ਮੈਂ ਸੋਣਾ ਨਹੀਂ, ਬਟ ਜੋ ਮਿਹਨਤ ਕਰਨੀ ਸੀ ਮੈਨੂੰ 4 ਵਜੇ ਵੀ ਉੱਠਣਾ ਪੈ ਜਾਂਦਾ ਜੀ। ਇਹ ਸੰਘਰਸ਼ ਹਰ ਫੀਲਡ ਦੇ ਵਿੱਚ ਹੁੰਦਾ, ਹਰ ਫੀਲਡ ਦੇ ਵਿੱਚ ਤੁਹਾਨੂੰ ਸਟਰਗਲ ਕਰਨਾ ਹੀ ਪੈਂਦਾ ਆ, ਪਰ ਫੈਮਿਲੀ ਸਪੋਰਟ ਕਰਦੀ ਸੀ ਤੁਹਾਡੀ ਇਸ ਕੰਮ ਦੇ ਵਿੱਚ ਕਿ ਤੂੰ ਸਿੰਗਿੰਗ ਲਾਈਨ ਦੇ ਵਿੱਚ ਦੀਪੂ ਜਾ ਆਪਣਾ ਨਾਮ ਕਮਾ? ਮੰਮਾ ਮੈਂ ਜਦੋਂ ਗਾਉਂਦਾ ਹੁੰਦਾ ਸੀ ਜੀ, ਘਰਦਿਆਂ ਨੇ ਕਹਿਣਾ ਐਵੇਂ ਨਾ ਗਾਈ ਜਾ, ਬਾਹਰ ਜਾ ਤੂੰ, ਐਵੇਂ ਨਾ ਐਵੇਂ ਨਜ਼ਰ ਲਵਾ ਲੂੰਗਾ, ਜਾਂ ਗਲੀ ਗਵਾਂਢ ਦੇ ਦੇਖ ਦਿੰਦੇ, ਹੱਸਦੇ, ਕਈ ਹੱਸਦੇ ਵੀ ਆ ਕਿ ਹਾਂ ਯਾਰ ਐਵੇਂ ਬੇਵਕੂਫ ਜਿਹਾ ਐਵੇਂ ਗਾਈ ਜਾਂਦਾ। ਮੁਹੱਲੇ ਦੇ ਵਿੱਚ ਜਾਂ ਕੋਈ ਜਾਗਰਣ ਹੋਣਾ ਜਾਂ ਕੋਈ ਵੀ ਪ੍ਰੋਗਰਾਮ ਹੋਣਾ, ਹਰ ਕਿਨੇ ਕਹਿਣਾ ਕਿ ਹਾਂ ਤੂੰ ਐਵੇਂ ਗਾਈ ਜਾਂਦਾ ਯਾਰ, ਤੇਰੇ ਸੁਰ ਸੁਰ ਤਾਂ ਲੱਗਦੇ ਨੇ, ਐਵੇਂ ਨਾ ਤੂੰ ਗਾਇਆ ਨਾ ਕਰ, ਹਾਏ ਸਿੱਖ। ਅਤੇ ਸਿੱਖ ਦੇ ਸਿੱਖ ਦੇ ਮੇਰੇ ਮੰਮਾ ਪਾਪਾ ਤੋਂ ਮੈਂ ਚੋਰੀ ਜਾਂਦਾ ਹੁੰਦਾ ਸਿੱਖਣ, ਤਾਂ ਮੇਰੇ ਤੋਂ ਮੋਟਰਸਾਈਕਲ ਵੀ ਨਹੀਂ ਸੀਗਾ, ਸਕੂਟਰ, ਮੈਂ ਆਟੋ 'ਚ ਜਾਂਦਾ ਹੁੰਦਾ ਸੀ ਭੁੱਲਰ, ਕਈ ਲਈ ਆਟੋ ਵੀ ਨਹੀਂ ਮਿਲਣੀ ਆਉਣ ਲੱਗੇ ਨੂੰ, ਆਟੋ ਵੀ ਨਹੀਂ ਮਿਲਣੀ, ਲਿਫਟਾਂ ਮੰਗ ਮੰਗ ਆਉਣਾ ਘਰ ਨੂੰ,
ਤੇ ਜਦੋਂ ਘਰ ਨੂੰ ਆਉਣਾ ਤਾਂ ਬਹੁਤ ਔਖਾ ਹੁੰਦਾ ਸੀ ਕਿ ਰਾਤ ਨੂੰ ਕਈ ਵੇਲੇ ਮੈਂ ਕਾਲਜ ਤੋਂ ਆਉਣਾ 3 ਕੁ ਵਜੇ 3-4 ਵਜੇ ਮੈਂ ਸਿੱਖਣ ਜਾਣਾ ਫਟਾਫਟ ਕੱਪੜੇ ਰੈਡੀ ਹੋ ਕੇ ਅਤੇ ਫਿਰ 2012-11 ਦੇ ਵਿੱਚ ਮੈਂ ਸਕੂਟਰ ਲਿਆ ਸੀ ਪਾਪਾ ਨੇ ਮੈਨੂੰ ਦਿੱਤਾ ਸੀ 3-4 ਹਜ਼ਾਰ ਰੁਪਇਆ ਅਤੇ ਥੋੜ੍ਹਾ ਜਿਹਾ ਮੈਂ ਚਾਚੂ ਕੀ ਫੈਕਟਰੀ ਲੱਗਾ ਸੀ ਅਤੇ ਉੱਥੋਂ ਫੈਕਟਰੀ ਲੱਗ ਕੇ ਤਾਂ ਮੈਂ ਪੈਸੇ ਜੋੜੇ 7 ਹਜ਼ਾਰ ਰੁਪਏ ਦਾ ਸਕੂਟਰ ਲਿਆ ਸਕੂਟਰ ਲਿਆ ਫਿਰ ਮੈਨੂੰ ਉੱਥੇ ਕਹਿਣ ਲੱਗ ਪਿਆ ਕਿ ਦੀਪੂ ਮੇਰਾ ਨਾਮ ਕਹਿੰਦਾ ਕਿ ਦੀਪੂ ਨੇ ਸਕੂਟਰ ਲੈ ਲਿਆ ਵੀ ਆਪਣੀ ਮਿਹਨਤ 'ਤੇ ਹੈ ਨਾ ਫਿਰ ਹੌਲੀ ਹੌਲੀ ਦੌਰ ਐਵੇਂ ਦਾ ਆਇਆ ਕਿ ਮੈਂ ਫਿਰ ਸਾਲ ਟੱਪਿਆ 1.5-2 ਸਾਲ ਟੱਪੇ ਮਿਹਨਤ 'ਤੇ ਸਪਲੈਂਡਰ ਮੋਟਰਸਾਈਕਲ ਲਿਆ ਸਪਲੈਂਡਰ ਲਿਆ ਫਿਰ ਉਹ ਸਪਲੈਂਡਰ ਅਨੰਦਪੁਰ ਸਾਹਿਬ ਤੋਂ ਚੋਰੀ ਹੋ ਗਿਆ ਅਨੰਦਪੁਰ ਸਾਹਿਬ ਤੋਂ ਜਦੋਂ ਚੋਰੀ ਹੋਇਆ ਤਾਂ ਅਸੀਂ ਮੋਟਰਸਾਈਕਲ 'ਤੇ ਮੁੰਡੇ ਗਏ ਸੀ 3 ਜਣਿਆਂ ਦੇ ਮੋਟਰਸਾਈਕਲ ਚੋਰੀ ਹੋ ਗਿਆ ਸੀ ਅਤੇ ਜਦੋਂ ਚੋਰੀ ਹੋਇਆ ਘਰ ਦੇ ਜੋ ਮੈਂ ਘਰ ਆਇਆ ਉਸ ਟਾਈਮ ਤਾਂ ਇੰਨਾ ਦੁੱਖ ਜਿਹਾ ਨਹੀਂ ਲੱਗਾ ਕਿ ਮੇਰੀ ਆਪਣੀ ਮਿਹਨਤ ਸੀਗੀ ਪਰ ਘਰ ਆਇਆ ਤਾਂ ਮੈਨੂੰ ਪਤਾ ਲੱਗਾ ਜਦੋਂ ਵੀ ਮੈਂ ਨਾ ਘਰਾਂ ਦੇ ਬਾਹਰ ਦੇਖਣਾ ਉਹ ਯਾਰ ਮੈਂ ਕਿਹਾ ਮੋਟਰਸਾਈਕਲ ਖੜ੍ਹਾ ਹੁੰਦਾ ਸੀ ਮੇਰਾ ਇੱਥੇ ਅਤੇ ਮੋਟਰਸਾਈਕਲ ਖੜ੍ਹਾ ਮੰਮੀ ਨੇ ਕੁੱਟਿਆ ਵੇਲਣੇ ਮਾਰੇ ਕਹਿੰਦੇ ਕਿ ਨਹੀਂ ਪੁੱਤ ਤੂੰ ਮੋਟਰਸਾਈਕਲ ਚੁਕਾ ਲਿਆ ਤੂੰ ਲਿਆ ਇੰਨੀ ਮਿਹਨਤ ਸੀ ਸਕੂਟਰ ਵੀ ਵੇਚਤਾ ਸੀ ਤਾਂ ਮੈਂ ਜਦੋਂ ਮੋਟਰਸਾਈਕਲ ਲੱਗਿਆ ਮੈਂ ਸਕੂਟਰ ਕਹਿੰਦੇ ਹੁੰਦੇ ਨਾ ਜਦੋਂ ਆਪਾਂ ਵਧੀਆ ਚੀਜ਼ਾਂ ਦੇਖਣ ਲੱਗ ਪਈਏ ਤਾਂ ਜਿਹੜੀ ਆਪਣੇ ਕੋਲ ਪ੍ਰੈਜੈਂਟ ਹੁੰਦੀ ਆ ਉਹ ਵੀ ਜਾਂਦੀ ਲੱਗਦੀ ਹੈ ਨਾ ਅਤੇ ਉਹ ਟਾਈਮ ਸੀਗਾ ਐਵੇਂ ਦਾ ਅਤੇ ਬਾਅਦ 'ਚ ਹੌਲੀ ਹੌਲੀ ਫਿਰ ਮੈਂ 3 ਸਾਲ ਫਿਰ ਔਖੇ ਸੌਖੇ ਕੱਢੇ ਮੈਂ ਕਿਹਾ ਪਤਾ ਨਹੀਂ ਬਾਬੇ ਨੇ ਇਹ ਚਾਹਿਆ ਕਿ ਗੱਡੀ ਲੈ ਕੇ ਦੇਣੀ ਆ ਫਿਰ ਗੱਡੀ 3 ਸਾਲ ਮੈਂ ਤੁਰ ਕੇ ਕਦੀ ਕਿਸੇ ਨੂੰ ਕਹਿਣਾ ਬਾਈ ਮੈਨੂੰ ਆਹ ਚੌਂਕ ਤੱਕ ਛੱਡਿਆ ਫਗਵਾੜੇ ਦੇ ਕਦੀ ਮੈਨੂੰ ਬੱਸ ਅੱਡੇ ਛੱਡਿਆ ਰੋਕ ਕੇ ਕਹਿਣਾ ਤਾਂ ਅਗਲੇ ਮੂਹਰੇ ਕਹਿਣਾ ਉਸ ਥਾਂ ਕਹਿੰਦਾ ਲੈ ਵੀ ਚੱਲਾ ਸਿੰਗਰ ਗਾਉਣ ਵਾਸਤੇ ਅਤੇ ਫਿਰ ਹੌਲੀ ਹੌਲੀ ਮੈਂ ਪੈਸੇ ਜੋੜੇ ਮੇਲੇ ਲਾਉਣ ਲੱਗ ਪਿਆ ਇਹ ਕਈਆਂ ਨੂੰ ਕਿਹਾ ਹਾਜ਼ਰੀ ਦੇ ਦਿਓ ਜੀ ਅਗਲੇ ਕਹਿੰਦੇ ਕਿ ਟਾਈਮ ਨਹੀਂ ਹੈਗਾ ਕਲਾਕਾਰ ਸਾਡੇ ਕੋਲ ਪੂਰੇ ਆ ਫਿਰ ਵੀ ਕਲਾਕਾਰ ਪੂਰੇ ਮੈਂ ਕਹਿਣਾ ਜੀ ਇੱਕ ਅੱਧਾ ਗਾਲਾਂ ਦਿਓ ਕਿਤੇ ਪਤਾ ਨਹੀਂ ਹੁੰਦਾ ਕਿ ਬੰਦਾ ਇੰਨੇ ਚਾਹ ਨਾ ਆਉਂਦਾ ਫਿਰ ਹੌਲੀ ਹੌਲੀ ਪੈਸੇ ਜੋੜੇ ਥੋੜ੍ਹੇ ਥੋੜ੍ਹੇ ਪੈਸੇ ਜੋੜੇ ਕਰਕੇ ਤਾਂ ਫਿਰ ਮੈਂ ਆਪਣੀ ਗੱਡੀ ਲਈ ਮਰੂਤੀ ਕਾਰ ਮਰੂਤੀ ਕਾਰ ਲਈ ਉਹਦੇ ਵਿੱਚ ਹਰ ਸ਼ੌਂਕ ਪੂਰਾ ਕੀਤਾ ਸਿਸਟਮ ਵੀ ਲਵਾਇਆ ਸਭ ਕੁਛ ਲਵਾਇਆ ਆਪਣੀ ਮਿਹਨਤ ਇਹ ਨਹੀਂ ਕਿ ਜਿੱਦਾਂ ਜਿੱਦਾਂ ਪੈਸੇ ਆਈ ਗਏ ਤਾਂ ਉੱਦਾਂ ਉੱਦਾਂ ਆਪਾਂ ਅੱਗੇ ਵੱਧਦੇ ਗਏ ਤੁਸੀਂ ਕਿਹਾ ਵੀ ਘਰ ਦੇ ਹਾਲਾਤ ਜਿਹੜੇ ਜਾਂ ਤਾਂ ਉਹਨੂੰ ਲਿਖਣਾ ਲਾ ਦਿੰਦੇ ਕਿਸੇ ਨੂੰ ਜਾਂ ਨਸ਼ਿਆਂ 'ਚ ਪਾ ਦਿੰਦੇ ਜਾਂ ਉਹ ਕੋਈ ਆਰਟਿਸਟ ਬਣ ਜਾਂਦਾ ਹਾਂਜੀ ਤੁਸੀਂ ਬੜੀ ਚੰਗੀ ਲਾਈਨ 'ਚ ਚਲੇ ਗਏ ਵੀ ਸਿੰਗਿੰਗ ਵੱਲ ਆ ਗਏ ਹੈ ਨਾ ਕਿਉਂਕਿ ਗੀਤ ਜਿਹੜੀ ਸੰਗੀਤ ਹੈ ਉਹ ਤਾਂ ਪਰਮਾਤਮਾ ਨੂੰ ਮਿਲਾਉਣ ਦਾ ਇੱਕ ਮਾਧਿਅਮ ਆ ਅਤੇ ਦੂਸਰੀ ਗੱਲ ਇਹ ਵੀ ਕਿਹੋ ਜਿਹੇ ਹਾਲਾਤ ਰਹੇ ਕਿ ਉਹਨਾਂ ਹਾਲਾਤਾਂ ਨੂੰ ਵੀ ਪਾਰ ਕਰਕੇ ਦੀਪੂ ਅੱਜ ਇਸ ਜਗ੍ਹਾ 'ਤੇ ਇਸ ਮੁਕਾਮ 'ਤੇ ਪਹੁੰਚ ਗਿਆ ਦੂਸਰਾ ਘਰਦਿਆਂ ਦੀ ਇੰਨੀ ਸਪੋਰਟ ਵੀ ਨਹੀਂ ਸੀਗੀ ਵੀ ਤੂੰ ਸਿੰਗਰ ਬਣ ਹਾਂਜੀ ਹਾਂਜੀ ਸਪੋਰਟ ਇੱਦਾਂ ਹੁੰਦੇ ਆ ਕਿਉਂਕਿ ਪਾਪਾ ਦੀ ਸੈਲਰੀ ਹੋਵੇ 8-10 ਹਜ਼ਾਰ ਰੁਪਇਆ ਅਤੇ ਮਾਂ ਘਰ ਹੋਵੇ ਅਤੇ ਬੱਚਾ ਪੜ੍ਹਦਾ ਹੋਵੇ ਅਸੀਂ 2 ਬ੍ਰਦਰ ਹਾਂ ਅਤੇ ਮੇਰੇ ਤੋਂ ਇੱਕ ਛੋਟਾ ਉਹ ਢੋਲਕ ਪਲੇ ਕਰ ਲੈਂਦਾ ਅਤੇ ਮੈਂ ਐਵੇਂ ਦਾ ਸੀਗਾ ਕਿ ਮੈਂ ਕਿਹਾ ਕੁਛ ਨਾ ਕੁਛ ਬਣਨਾ ਨਾ ਇੱਕ ਬੰਦਾ ਸੋਚਦਾ ਮੇਰਾ ਨਾਮ ਹੋਵੇ ਹਰ ਇਨਸਾਨ ਸੋਚਦਾ ਮੈਂ ਇਕੱਲਾ ਨਹੀਂ ਹਰ ਬੱਚਾ ਹਰ ਘਰ ਦਾ ਬੱਚਾ ਸੋਚਦਾ ਕਿ ਮੇਰਾ ਨਾਮ ਹੋਵੇ ਕਿ ਮੇਰੇ ਨਾਂ ਤੋਂ ਮੇਰੇ ਘਰਦਿਆਂ ਨੂੰ ਜਾਣਨ ਜਿਵੇਂ ਡੈਡੀ ਦਾ ਕਹਿੰਦੇ ਡੈਡੀ ਦਾ ਨਾਮ ਆ ਸੀ ਜਾਂ ਕੋਈ ਕੱਪੜੇ ਪ੍ਰੈਸ ਕਰਦਾ ਜਾਂ ਕੋਈ ਕਰਦਾ ਕੋਈ ਵੀ ਚੀਜ਼ ਨਾ ਹਰ ਬੱਚੇ ਦਾ ਨਾਮ ਹੁੰਦਾ ਇੱਦਾਂ ਹੀ ਮੈਂ ਆਪਣਾ ਬਣਾਉਣਾ ਚਾਹੁੰਦਾ ਮੈਂ ਕਿਹਾ ਮੈਂ ਵੀ ਨਾਂ ਬਣਾਉਣਾ ਮੈਂ ਆਪਣੀ ਯਾਰੀ ਦੋਸਤੀ ਪਹਿਲਾਂ ਨਿਭਾਉਂਦਾ ਰਿਹਾ ਕਿ ਆਪਾਂ ਚਲੋ ਯਾਰੀ ਦੋਸਤੀ 'ਚ ਨਾਮ ਬਣ ਜੂਗਾ ਬਾਅਦ 'ਚ ਹੌਲੀ ਹੌਲੀ ਯਾਰੀ ਦੋਸਤੀ ਦਾ ਨਾਮ ਬਣਾਉਂਦੇ ਮੈਨੂੰ ਕਿਸੇ ਨੇ ਸਲਾਹ ਦਿੱਤੀ ਅਤੇ ਸੋਨੂੰ ਭਾਅ ਜੀ ਉਹਨਾਂ ਨੇ ਸਲਾਹ ਦਿੱਤੀ ਕਿ ਨਹੀਂ ਕਾਕਾ ਐਵੇਂ ਇਹਨਾਂ 'ਚ ਨਾਮ ਨਹੀਂ ਬਣਦਾ ਨਾਂ ਬਣਾਉਣਾ ਤਾਂ ਕਿਸੇ ਚੱਜ ਦੇ ਕੰਮ 'ਚ ਬਣਾ ਅਤੇ ਗਾਉਣ ਦਾ ਸ਼ੌਂਕ ਤਾਂ ਸ਼ੁਰੂ ਤੋਂ ਹੀ ਸੀਗਾ DAV ਕਾਲਜ ਤੋਂ ਮੈਂ ਯੂਥ ਫੈਸਟੀਵਲ ਵੀ ਲੜਦਾ ਰਿਹਾ ਅਤੇ ਹੌਲੀ ਹੌਲੀ ਫਿਰ ਉੱਥੋਂ ਮੇਰਾ ਪ੍ਰੋਫੈਸ਼ਨ ਬਣ ਗਿਆ ਜੀ ਚਲੋ ਯੂਥ ਫੈਸਟੀਵਲ ਦੀ ਵੀ ਗੱਲ ਕਰ ਦਿੱਤੀ ਹੁਣ ਦੌਰ ਵੀ ਯੂਥ ਫੈਸਟੀਵਲ ਦਾ ਹੀ ਚੱਲਦਾ ਪਿਆ ਤਾਂ ਫਿਰ ਇੱਕ ਗਾਣਾ ਤਾਂ ਬਣਦਾ ਹੀ ਹੈ ਹਾਂਜੀ ਗਾਣਾ ਲਵ ਚੰਨਨ ਕੇ ਵੀਰੇ ਦਾ ਲਿਖਿਆ ਸੁਣਾ ਦਿੰਦਾ ਜੀ ਕਹਿੰਦੇ ਪਖੰਡੀਆਂ ਨੂੰ ਨਾ ਦਿਓ ਕਿਸੇ ਮਾਤੜ ਨੂੰ ਦੇ ਦਿਓ ਹੋ ਆ ਗਿਆ ਹੈ ਦੁਨੀਆ ਦਾ ਐਂਡ ਬਈ ਇੱਥੇ ਸਿਰੇ ਉੱਤੇ ਚੱਲਦਾ ਪਖੰਡ ਬਈ ਹੋ ਆ ਗਿਆ ਹੈ ਦੁਨੀਆ ਦਾ ਐਂਡ ਬਈ ਇੱਥੇ ਸਿਰੇ ਉੱਤੇ ਚੱਲਦਾ ਪਖੰਡ ਬਈ ਦੇ ਕੇ ਬੰਦਿਆਂ ਨੂੰ ਰੱਬ ਵਾਲੀ ਤਾਕਤੀ ਘਰ ਨਾ ਲੁਟਾ ਕੇ ਕਿਤੇ ਬਹਿ ਜਿਓ ਉਹ ਪਖੰਡੀਆਂ ਨੂੰ ਦੇਣ ਨਾਲੋ ਗੱਡੀਆਂ ਕਿਸੇ ਮਾਤੜੇ ਨੂੰ ਛੋਟਾ ਹਾਥੀ ਪਾ ਦਿਓ ਪਖੰਡੀਆਂ ਨੂੰ ਦੇਣ ਨਾਲੋ ਗੱਡੀਆਂ ਕਿਸੇ ਮਾਤੜੇ ਦੇ ਬੱਚੇ ਨੂੰ ਪੜਾ ਦਿਓ ਬੜਾ ਅੱਛੀ ਗੱਲ ਕਹੀ ਹੈ ਵੀ ਕਿਸੇ ਨੂੰ ਦੇਣ ਨਾਲੋਂ ਤੁਸੀਂ ਕਿਸੇ ਮਾਤੜ ਨੂੰ ਉਹਦੀ ਉਹ ਚੀਜ਼ ਕਰਵਾ ਦਿਓ ਪਰ ਕੀ ਲੱਗਦਾ ਹੁੰਦਾ ਕਿ ਮੇਰਾ ਹਜੇ ਕੋਈ ਗਾਣਾ ਵੀ ਨਹੀਂ ਆਇਆ ਫਿਰ ਵੀ ਲੋਕ ਇੰਨਾ ਪਿਆਰ ਦੇ ਰਹੇ ਆ ਲੱਗਦਾ ਕਿ ਗਾਣਾ ਕੱਢਣਾ ਬੜਾ ਜ਼ਰੂਰੀ ਹੋਇਆ ਜਦੋਂ ਵੀ ਸਟੇਜ 'ਤੇ ਜਾਈਦਾ ਜੀ
ਹਰ ਕੋਈ ਪੁੱਛਦਾ ਕਿ ਬਾਈ ਤੇਰਾ ਗਾਣਾ ਕਿਹੜਾ ਆਇਆ ਜੀ, ਪਹਿਚਾਣ ਕਿੱਥੋਂ ਬਣਦੀ ਆ ਕਿ ਮੈਂ ਛੋਟੇ ਜਿਹੇ ਮੁਕਾਮ ਤੇ ਸੀ ਜੀ, ਤੇ ਹੌਲੀ ਹੌਲੀ ਮਤਲਬ ਇੱਕ ਇੱਕ ਹਾਜ਼ਰੀ ਲੈਂਦਾ ਰਹਿੰਦਾ ਲੈਂਦਾ ਲੈਂਦਾ ਤੇ ਮਾਲਕ ਨੇ ਇੱਥੇ ਕੁ ਤੱਕ ਬਣਾ ਲਿਆ ਕਿ ਤੁਹਾਡੇ ਕੋਲ ਇੰਟਰਵਿਊ, ਤੁਸੀਂ ਵੀ ਥੈਂਕ ਯੂ ਤੁਹਾਡਾ, ਤੇ ਇੱਥੇ ਲਿਆਏ ਆਪਾਂ ਨੂੰ। ਤੇ ਮੇਰਾ ਐਵੇਂ ਦਾ ਸੀਗਾ, ਮੈਂ ਕਿਹਾ ਮੈਂ ਸਟਰਗਲ ਕਰਨੀ ਜਿੰਨੀ ਵੀ ਮੇਰੇ ਤੋਂ ਹੋਣੀ, ਮੈਂ ਰਾਤ ਨੂੰ ਐਵੇਂ ਹੋਣਾ ਕਿ ਮੈਂ ਕਿਸੇ ਵੀ ਸਿੰਗਰ ਨਾਲ ਜਾਣਾ ਨਾ, ਮੈਂ ਉਹਨਾਂ ਦਾ ਨਾਂ ਨਹੀਂ ਭਰਾਵਾਂ ਦਾ ਲਊਂਗਾ, ਮੇਰੇ ਨਾਲ ਹੀ ਅੱਜ ਵੀ ਹਮੇਸ਼ਾ ਨਾਲ ਆ। ਕਈ ਲਈ ਪੈਸੇ ਵੀ ਨਹੀਂ ਹੋਣੇ ਕਿ ਬਾਈ ਭੁੱਖਾ ਵੀ ਰਾਤ ਨੂੰ ਆਉਣਾ ਪੈਂਦਾ, ਕਈ ਲਈ ਨਹੀਂ ਖਿਲਾਉਂਦੇ ਕੋਈ ਰੋਟੀ ਪਾਣੀ, ਹੈ ਨਾ, ਕਈਆਂ ਕੋਲ ਪਤਾ ਹੁੰਦਾ ਕਿ ਯਾਰ ਨਹੀਂ, ਹੈ ਨਾ, ਰਾਤ ਨੂੰ ਤਿੰਨ ਤਿੰਨ ਚਾਰ ਚਾਰ ਵਜੇ ਕੋਰਸ 'ਤੇ ਮੈਂ ਜਾਂਦਾ ਹੁੰਦਾ ਸੀ ਜੀ, ਕਾਫੀ ਸਿੰਗਰਾਂ ਨਾਲ ਜੀ, ਅਤੇ ਉਹ ਮੇਰੇ ਭਰਾ ਸਭ ਰਾਜੀ ਰਹਿਣ। ਮੈਂ ਤਾਂ ਇਹ ਕਹੂੰਗਾ ਜੱਜ ਮਾਲਕ ਨੇ ਥੋੜ੍ਹਾ ਜਿਹਾ ਵੀ ਟਾਈਮ ਲਿਆਂਦਾ ਨਾ, ਮੈਂ ਇਹ ਕਹੂੰਗਾ ਭਰਾਵੋ ਤੁਸੀਂ ਖੁਸ਼ ਹੋ ਨਾ, ਆਪਾਂ ਵੀ ਖੁਸ਼ ਹਾਂ, ਤੁਹਾਡੀ ਖੁਸ਼ੀ 'ਚ ਮੇਰੀ ਖੁਸ਼ੀ ਆ ਜੀ। ਅਤੇ ਜ਼ਿੰਦਗੀ ਦੇ ਵਿੱਚ ਐਵੇਂ ਦੇ ਬਣੋ ਕਿ ਨਾਮ ਹੋਵੇ ਤੁਹਾਡਾ ਜੀ, ਮਾਲਕ ਨਾਮ। ਸਮ ਟਾਈਮ ਹੁੰਦਾ ਨਾ ਕਿ ਜਿਹੜੇ ਲੋਕ ਹੁੰਦੇ ਉਹ ਥੱਕ ਜਾਂਦੇ ਆ ਜ਼ਿਆਦਾ ਸਟਰਗਲ ਕਰਕੇ ਵੀ, ਕਿਉਂਕਿ ਜ਼ਿਆਦਾ ਓਵਰ ਚੀਜ਼ ਵੀ ਹਾਵੀ ਹੋ ਜਾਂਦੀ, ਡਾਈਜੈਸਟ ਨਹੀਂ ਹੁੰਦੀ, ਤੇ ਸਾਨੂੰ ਲੱਗਣ ਲੱਗ ਜਾਂਦਾ ਵੀ ਹੁਣ ਮੈਂ ਜ਼ਿੰਦਗੀ 'ਚ ਕੁਛ ਨਹੀਂ ਕਰ ਸਕਦਾ, ਹੁਣ ਆਰਾਮ ਨਾਲ ਬੈਠ ਜਾਵਾਂ। ਇੱਦਾਂ ਕਦੀ ਦੌਰ ਆਇਆ? ਮਹੀਨਾ ਹੋਇਆ ਜੀ ਐਵੇਂ ਜੀ। ਮੈਂ ਕਹਿੰਦਾ ਹੁੰਦਾ ਸੀ ਜਦੋਂ ਨਾ ਕੋਈ ਵੱਡਾ ਕਲਾਕਾਰ ਮੇਰੇ ਮੂਹਰੇ ਗਾਉਂਦਾ ਪਿਆ, ਮੈਂ ਕਿਹਾ ਯਾਰ ਮੈਂ ਇਹਦੇ ਵਰਗਾ ਕਦੀ ਨਹੀਂ ਬਣ ਸਕਦਾ ਜੀ, ਕਦੀ ਵੀ ਨਹੀਂ ਮੈਂ ਬਣ ਸਕਦਾ, ਕਿਉਂਕਿ ਇਹਦੇ ਇਹਦੇ ਗਾਣੇ ਵੀ ਇੰਨੇ ਸੋਹਣੇ ਸੋਹਣੇ ਆਇਓ ਆ, ਇਹ ਹਿੱਟ ਆ ਬੰਦਾ। ਤਾਂ ਮੈਨੂੰ ਅਜੇ ਕੋਈ ਗਾਣਾ ਵੀ ਨਹੀਂ ਆਇਆ, ਨਾ ਮੈਂ ਬਸ ਮਾੜਾ ਮੋਟਾ ਜਾਗਰਣ 'ਤੇ ਗਾ ਲਿਆ, ਕਵਾਲੀ 'ਤੇ ਗਾ ਲਿਆ, ਜਾਂ ਕਿਤੇ ਵਿਆਹ 'ਚ ਗਿਆ ਹੋਵਾਂ, ਉਹਨੇ ਕਹਿਤਾ ਕਿ ਆ ਬਾਈ ਤੂੰ ਗਾਣਾ ਸੁਣਨਾ ਕਿ ਗਾਉਂਦਾ, ਇਹ ਕਲਾਕਾਰ ਪਿੱਛੇ ਜਮਾਉਂਦਾ। ਅਤੇ ਫਿਰ ਮੈਂ ਕਹਿੰਦਾ ਨਾ ਕੋਈ ਨਹੀਂ, ਇੱਕ ਅੱਧਾ ਸੁਣਾ ਦਿੰਦੇ, ਉਹ ਹੀ ਮੇਰਾ ਹੌਲੀ ਹੌਲੀ ਮਨ ਨੂੰ ਲੈ ਕੇ ਛੂੰਹਦਾ ਗਿਆ ਕਿ ਕੋਈ ਨਹੀਂ ਤੇਰਾ ਟਾਈਮ ਆਊਗਾ ਜੀ, ਪਰ ਛੱਡ ਕੇ ਜਾਣ ਵਾਲੇ ਛੱਡ ਜਾਂਦੇ ਆ ਜੀ, ਛੱਡ ਕੇ ਜਾਣ ਵਾਲੇ ਛੱਡ ਜਾਂਦੇ, ਅਗਲੇ ਕਹਿੰਦੇ ਚਲੋ ਐਵੇਂ ਆ ਇਹ। ਪਰ ਪਹਿਲਾਂ ਦੀਪੂ ਤੁਸੀਂ ਕੋਰਸ ਗਾਉਂਦੇ ਹੁੰਦੇ ਸੀ, ਅੱਜ ਤੁਸੀਂ ਖੁਦ ਲਾਈਵ ਹੋ ਕੇ ਅੱਗੇ ਹੋ ਕੇ ਖੜ ਕੇ ਗਾਉਂਦੇ ਆ ਕੋਰਸ 'ਚ, ਤੇ ਇਹਦੇ 'ਚ ਕੀ ਡਿਫਰੈਂਸ ਲੱਗਦਾ ਹੁੰਦਾ ਵੀ ਹੁਣ ਲੋਕਾਂ ਦੇ ਮੈਂ ਰੂਬਰੂ ਹੋ ਰਿਹਾ, ਲੋਕਾਂ ਦੇ ਨਾਲ ਸਿੱਧੀ ਸਾਂਝ ਪਾ ਰਿਹਾ? ਦੇਖੋ ਜੀ, ਕੋਰਸ ਸਭ ਤੋਂ ਪਹਿਲਾਂ ਕੋਰਸ ਇਹ ਗੱਲ ਹੁੰਦੀ ਆ ਕਿ ਕੋਰਸ ਲਾਉਣਾ ਤੁਹਾਨੂੰ ਤਾਂ ਪਹਿਲਾਂ ਸਟੇਜ ਪਰਫੋਰਮੈਂਸ ਸਿੱਖਣੀ ਪੈਂਦੀ ਆ ਜੀ, ਕਿ ਆਪਾਂ ਕਿਸੇ ਪ੍ਰੋਫੈਸ਼ਨਲ ਸਿੰਗਰ ਦੇ ਪਿੱਛੇ ਗਾ ਰਹੇ ਹਾਂ ਨਾ, ਅਤੇ ਆਪਾਂ ਉਹਨੂੰ ਦੇਖ ਦੇਖ ਕੇ ਸਿੱਖਦੇ ਹਾਂ ਕਿ ਇਹ ਕਿਵੇਂ ਗਾ ਰਿਹਾ, ਕਿਵੇਂ ਔਡੀਅੰਸ ਨਾਲ ਗੱਲ ਕਰ ਰਿਹਾ ਜੀ, ਹੈ ਨਾ, ਅਤੇ ਆਪਾਂ ਉਹ ਪਹਿਲਾਂ ਚੀਜ਼ ਸਿੱਖਦੇ ਹਾਂ, ਸਿੱਖਦੇ ਸਿੱਖਦੇ ਜੇ ਆਪਾਂ ਉਹ ਸਿੱਖੀ ਚੀਜ਼ ਜਾਣੀ ਆ ਤਾਂ ਉਹਨਾਂ ਨੇ ਕਹਿਣਾ ਕਿ ਹੌਲੀ ਹੌਲੀ ਬੰਦਾ ਅੱਗੇ ਵਧੂਗਾ, ਹੈ ਨਾ। ਫਿਰ ਕੋਈ ਸਿੰਗਰ ਕਹਿੰਦਾ ਤਾਂ ਕਿ ਬਾਈ ਤੂੰ ਆ ਜਾ ਵੀ ਤੂੰ ਮੂਹਰੇ ਗਾ, ਫਿਰ ਆਪਾਂ ਮੂਹਰੇ ਗਾਉਂਦੇ ਹਾਂ, ਫਿਰ ਹੱਥ ਪੈਰ ਤਾਂ ਕੰਬਦੇ ਹੁੰਦੇ, ਹਜ਼ਾਰਾਂ ਬੰਦਿਆਂ ਦੇ ਮੂਹਰੇ ਖੜ ਕੇ ਗਾਉਣਾ ਬਹੁਤ ਔਖਾ, ਹੈ ਨਾ, ਇੱਕ ਬੰਦਾ ਹੋਵੇ ਤਾਂ ਗੱਲ ਵੱਖਰੀ, ਹਜ਼ਾਰਾਂ ਬੰਦੇ ਦੇ ਖੜ ਕੇ ਗਾਉਣਾ ਬਹੁਤ ਔਖਾ। ਫਿਰ ਹੌਲੀ ਹੌਲੀ ਬੰਦਾ ਕਹਿੰਦਾ ਕਿ ਯਾਰ ਮੈਂ ਕਿੰਨਾ ਕੁ ਕਿਸੇ ਟਾਈਮ ਪਿੱਛੇ ਗਾਈ ਜਾਊਂਗਾ, ਗੁਰੂ ਇੱਕ ਹੁੰਦਾ, ਕਿੰਨਾ ਕੁ ਕਿਸੇ ਦੇ ਪਿੱਛੇ ਗਾਈ ਜਾਊਂਗਾ। ਹਾਂ, ਇਹ ਗੱਲ ਜ਼ਰੂਰ ਹੁੰਦੀ ਆ ਕਿ ਭਰਾ ਜੋ ਹੁੰਦੇ ਨਾ ਉਹ ਨਾਲ ਹੀ ਰੱਖਦੇ, ਬਾਹਾਂ ਬਣ ਕੇ ਰਹਿੰਦੇ ਜੀ। ਚਲੋ ਉਹ ਇੱਕ ਦੌਰ ਸੀਗਾ, ਲੰਘ ਗਿਆ, ਪੇਰੈਂਟਸ ਨੇ ਸਾਥ ਨਹੀਂ ਦਿੱਤਾ, ਉਹ ਵੀ ਦੌਰ ਲੰਘ ਗਿਆ, ਪਰ ਹੁਣ ਤਾਂ ਪ੍ਰਾਊਡ ਫੀਲ ਕਰਦੇ ਹੋਣੇ ਵੀ ਦੀਪੂ ਦਾ ਨਾਂ ਆ, ਦੀਪੂ ਨੂੰ ਲੋਕ ਜਾਣਦੇ ਆ, ਪਿਆਰ ਕਰਦੇ ਆ ਲੋਕ ਇਹਦੇ, ਹਜੇ ਇੰਨਾ ਨਾਮ ਤਾਂ ਨਹੀਂ ਮੈਂ ਜਿੰਨਾ ਕਹਿੰਦਾ, ਪਰ ਤਾਂ ਵੀ ਜਦੋਂ ਜਗਰਾਤਿਆਂ ਤੇ ਜਾਂਦੇ ਆ ਤੁਸੀਂ ਜਾਂ ਕਿਸੇ ਸੁਫੀਆਨਾ ਉਹਦੇ ਜਾਣੇ ਕਵਾਲੀਆਂ ਗਾਉਣ ਜਾਂਦੇ ਆ ਤੇ ਲੋਕ ਤਾਂ ਮੁਹੱਬਤ ਦਿੰਦੇ ਹੀ ਆ। ਹਾਂਜੀ ਹਾਂਜੀ, ਪਿਆਰ ਤਾਂ ਬਹੁਤ ਮਿਲਦਾ, ਜੇ ਕੋਈ ਗੱਲ ਸੁਣਾਈਏ ਤਾਂ ਬਹੁਤ ਪਿਆਰ ਮਿਲਦਾ, ਤੇ ਪਿਆਰ ਮੈਂ ਤਾਂ ਕਹਿੰਦਾ ਐਵੇਂ ਦਿੰਦੇ ਰਹਿਣ ਸਾਰੇ ਫਰੈਂਡਸ ਮੇਰੇ, ਜਿੰਨੇ ਵੀ ਮੇਰੇ ਸਪੋਰਟਡ ਆ, ਮੇਰੇ ਮਹੱਲੇ ਦੇ ਮੁੰਡੇ ਸ਼ਹਿਰ ਦੇ ਸਾਡੇ ਦੇ ਫਗਵਾੜੇ ਸ਼ਹਿਰ ਦੇ, ਕਿ ਥੋੜ੍ਹਾ ਥੋੜ੍ਹਾ ਸਪੋਰਟ ਕਰਦੇ ਰਹਿਣ, ਮੈਂ ਇਹ ਕਹੂੰਗਾ ਕਿ ਭਰਾ ਅੱਜ ਜੇ ਮੈਂ ਤੁਹਾਡੇ ਕਰਕੇ ਹੀ ਹਾਂ ਜੋ ਵੀ ਹੈਗਾ ਜੀ। ਫੈਮਿਲੀ ਨੂੰ ਕਿੰਨਾ ਕੁ ਹੁਣ ਮਾਣ ਮਹਿਸੂਸ ਹੁੰਦਾ? ਘਰਦਿਆਂ ਨੂੰ ਜਦੋਂ ਮੈਂ ਗਾਉਂਦਾ ਹੈ ਨਾ, ਘਰਦੇ ਕਹਿੰਦੇ ਕਿ ਆਹ ਮੇਰਾ, ਪਹਿਲਾਂ ਤਾਂ ਕਹਿੰਦੇ ਸੀ ਐਵੇਂ ਹੀ, ਹੈ ਨਾ, ਕੋਈ ਸਪੋਰਟ ਨਹੀਂ ਕਰਦਾ ਸੀ ਕੋਈ ਵੀ, ਘਰ ਦਾ ਵੀ ਕਹਿ ਦਿੰਦੇ, ਘਰਦੇ ਕਹਿੰਦੇ ਕਿ ਰਹਿਣ ਦੇ, ਕਿ ਆਪਣੇ ਕੋਲ ਪੈਸਾ ਹੈ ਨਹੀਂ ਕਿ ਤੇਰਾ ਆਪਾਂ ਤੈਨੂੰ ਗਵਾ ਨਹੀਂ ਸਕਦੇ ਜੀ, ਕਿ ਗਾਣੇ ਦੇ ਪਿੱਛੇ 3-4 ਲੱਖ ਰੁਪਏ ਲੱਗ ਜਾਂਦਾ, ਤੇ ਮੈਂ ਹਜੇ ਤੱਕ ਗਾਣਾ ਵੀ ਨਹੀਂ ਕੀਤਾ ਕੋਈ ਜੀ, ਹਜੇ ਤੱਕ ਨਹੀਂ ਮੈਂ ਕੋਈ ਗਾਣਾ ਕੀਤਾ ਕਿਉਂਕਿ ਪੈਸੇ ਹੈ ਨਹੀਂ, ਘਰ ਦੇ ਹਾਲਾਤ ਐਵੇਂ ਦੇ ਸੀ। ਜੇ ਅੱਜ ਮੈਂ ਬਣਿਆ ਆਪਣੀ ਮਿਹਨਤ 'ਤੇ, ਮੇਰੇ ਮੰਮੀ ਪਾਪਾ ਦੀ ਸਪੋਰਟ, ਉੱਥੋਂ ਮੇਰੇ ਫਰੈਂਡਸ, ਕਿ ਹੌਲੀ ਹੌਲੀ ਹੱਲਾਸ਼ੇਰੀ ਦੇ ਕੇ ਜੀ, ਹੱਲਾਸ਼ੇਰੀ ਦੇ ਕੇ ਮੈਨੂੰ ਅੱਗੇ ਵਧਾਇਆ ਕਿ ਤੂੰ ਗਾ ਜੀ, ਹੌਲੀ ਹੌਲੀ ਸਭ ਕੁਛ ਆ ਜਾਂਦਾ, ਟਾਈਮ ਆਉਂਦਾ, ਹਰ ਚੀਜ਼ ਦਾ ਟਾਈਮ ਆਉਂਦਾ, ਟਾਈਮ ਤੋਂ ਪਹਿਲਾਂ ਕੁਛ ਨਹੀਂ ਜੀ। ਤੁਸੀਂ ਜ਼ਿਕਰ ਕੀਤਾ ਕਿ ਪੈਸੇ ਹੋਣੇ ਬੜੇ ਜ਼ਰੂਰੀ ਹੈ, ਫਿਰ ਹੀ ਅਸੀਂ ਗਾਣਾ ਕੱਢ ਸਕਦੇ, ਕੀ ਲੱਗਦਾ ਕਿ ਕਲਾ ਦੇ ਅੱਗੇ ਪੈਸੇ ਜ਼ਿਆਦੇ ਆ? ਦੇਖੋ ਜੀ, ਪੈਸੇ ਤਾਂ ਆਪਾਂ ਕੋਈ ਵੀ ਕੰਪਨੀ ਹੋਵੇ, ਕੋਈ ਵੀ ਮਿਊਜ਼ਿਕ ਡਾਇਰੈਕਟਰ ਆ, ਕੋਈ ਵੀ ਆ, ਹਰ ਕੋਈ ਪੈਸੇ ਲਈ, ਜੇ ਅਗਲੇ ਨੇ ਆਪਾਂ 15-20 ਲੱਖ ਰੁਪਇਆ ਸਟੂਡੀਓ ਚ ਲਾਇਆ ਨਾ ਜੀ, ਤੇ ਅਗਲੇ ਨੇ ਵੀ ਆਪਣਾ ਪੈਸਾ ਪੂਰਾ ਕਰਨਾ ਜੀ,
ਤੇ ਜੇ ਸਰੀਲੇ ਕਲਾਕਾਰ ਨੂੰ ਜਾਂ ਜੋ ਬੰਦੇ ਦਾ ਨਾਂ ਬਣ ਜਾਂਦਾ ਫਿਰ ਤਾਂ ਬਹੁਤ ਬਹੁਤ ਟੱਕਰਦੇ ਆ ਕਿ ਹਾਂ ਯਾਰ ਕੋਈ ਨਹੀਂ ਤੂੰ ਸਾਡੇ ਸਟੂਡੀਓ ਬਣ ਕੇ ਗਾ ਕਿ ਤੇਰੇ ਥਰੂ ਕਰਕੇ ਮੇਰਾ ਵੀ ਨਾਮ ਹੋਊਗਾ ਜੀ ਹੈ ਨਾ ਪਰ ਆਪਣਾ ਕੋਈ ਅਜੇ ਟਰੈਕ ਨਹੀਂ ਆਇਆ ਮੈਂ ਕਰੂੰਗਾ ਜਲਦੀ ਹੌਲੀ ਹੌਲੀ ਇੰਨਾ ਜੋਗਾ ਨਹੀਂ ਕਰੂੰਗਾ ਜ਼ਰੂਰ ਜੀ ਪਰ ਜੇ ਗੱਲ ਕਰੀਏ ਕਿ ਸਮ ਟਾਈਮ ਹੁੰਦਾ ਨਾ ਕਿ ਅਸੀਂ ਗਾਉਂਦੇ ਬੜਾ ਸੋਹਣਾ ਆ ਜਾਂ ਬਹੁਤ ਸਾਰੇ ਤੁਸੀਂ ਕਿਹਾ ਸੀਗਾ ਕਿ ਸਿੰਗਰਸ ਦੇ ਨਾਲ ਮੈਂ ਕੋਰਸ ਕਰ ਚੁੱਕਾ ਕਿ ਕਦੇ ਉਹਨਾਂ ਨੇ ਨਹੀਂ ਕਿਹਾ ਵੀ ਦੀਪੂ ਚੱਲ ਤੂੰ ਗਾਣਾ ਕੱਢ ਲੈ ਕਿਉਂਕਿ ਤੂੰ ਇਸ ਮੁਕਾਮ 'ਤੇ ਹੋਇਆ ਆ ਅਤੇ ਅੱਜ ਤੂੰ ਖੁਦ ਆਪਣੇ ਆਪ ਨੂੰ ਰੀਪ੍ਰਜੈਂਟ ਕਰ ਲੈਂਦਾ ਜਗਰਾਤਿਆਂ 'ਤੇ ਕਵਾਲੀਆਂ ਗਾ ਲੈਂਦਾ ਅਤੇ ਹੋਰ ਵੀ ਜਿਹੜੇ ਅਖਾੜੇ ਲੱਗਦੇ ਛੋਟੇ ਮੋਟੇ ਉੱਥੇ ਵੀ ਤੂੰ ਗਾਉਂਦਾ ਆ ਕਿ ਕਦੇ ਉਹਨਾਂ ਨੇ ਵੀ ਤੁਹਾਨੂੰ ਕਿਹਾ ਵੀ ਤੂੰ ਗੀਤ ਹੀ ਕੱਢ ਲੈ ਕਹਿੰਦੇ ਬਹੁਤ ਪਰ ਕੋਈ ਸਪੋਰਟ ਨਹੀਂ ਕਰਦਾ ਕਾਰਨ ਕੀ ਰਹਿ ਜਾਂਦਾ ਕਿ ਸਪੋਰਟ ਕਿਉਂ ਨਹੀਂ ਕਰਦੇ ਵੀ ਜਿਹੜੇ ਲੋਕ ਜਿਹੜੇ ਯੂਥ ਹੈ ਜਿਹੜਾ ਕਲਾ ਰੱਖਦਾ ਉਹ ਅੱਗੇ ਨਹੀਂ ਆ ਪਾਉਂਦਾ ਉਹ ਵੀ ਜ਼ੀਰੋ ਫੈਮਿਲੀ ਤੋਂ ਬਿਲੋਂਗ ਕਰਦੇ ਜੀ ਹੈ ਨਾ ਉਹ ਵੀ ਜ਼ੀਰੋ ਤੋਂ ਆ ਉਹ ਵੀ ਵਿਚਾਰੇ ਜ਼ੀਰੋ ਤੋਂ ਹੋਏ ਉਹ ਵੀ ਹੌਲੀ ਹੌਲੀ ਸਟਰਗਲ ਕਰਦੇ ਆ ਹੁਣ ਆਪਾਂ ਕਹਿ ਦਿੰਦੇ ਹਾਂ ਕਲਾਕਾਰ ਦੇ ਗਾਣੇ ਬਹੁਤ ਹਿੱਟ ਹੋਏ ਆ ਜੀ ਬਹੁਤ ਹਿੱਟ ਹੋਏ ਪਰ ਆਪਾਂ ਨੂੰ ਉਹਦੀ ਜੇਬ ਬਾਰੇ ਨਹੀਂ ਪਤਾ ਜੀ ਉਹਦੀ ਜੇਬ 'ਚ ਕੀ ਆ ਅਗਲਾ ਆਪਣੇ ਲਈ ਕਰ ਸਕਦਾ ਕਿ ਨਹੀਂ ਕਰ ਸਕਦਾ ਜੀ ਇਹ ਚੀਜ਼ ਨੂੰ ਦੇਖਣਾ ਬਹੁਤ ਜ਼ਰੂਰੀ ਹੈ ਇਹ ਤੁਹਾਨੂੰ ਜ਼ਿਆਦਾ ਪਤਾ ਸਾਡੇ ਦਰਸ਼ਕ ਵੀ ਜਾਣਨਾ ਚਾਹੁੰਦੇ ਤੇ ਅਸੀਂ ਵੀ ਜਾਣਨਾ ਚਾਹੁੰਦੇ ਵੀ ਇਹ ਕਿਹੜੇ ਕਾਰਨ ਹੁੰਦੇ ਵੀ ਜਿਹੜਾ ਉਹ ਸਾਥ ਨਹੀਂ ਦੇ ਪਾਉਂਦੇ ਕਿਸੇ ਦਾ ਕਿਉਂਕਿ ਸਮ ਟਾਈਮ ਵੀਡੀਓਜ਼ ਕਾਫੀ ਵਾਇਰਲ ਹੁੰਦੀਆਂ ਆ ਕਾਫੀ ਇਹੋ ਜਿਹੀਆਂ ਇੰਟਰਵਿਊਜ਼ ਆਉਂਦੀਆਂ ਕਿ ਜੇ ਤੂੰ ਜ਼ਿਕਰ ਕਰ ਦਿੰਦੇ ਵੀ ਇਹਨੂੰ ਮੈਂ ਇਹਦਾ ਸਾਥ ਦੇਊਂਗਾ ਜਾਂ ਇਹਨੂੰ ਅੱਗੇ ਲੈ ਕੇ ਜਾਊਂਗਾ ਪਰ ਤੁਸੀਂ ਹੁਣੀ ਜ਼ਿਕਰ ਕੀਤਾ ਵੀ ਉਹ ਸਾਥ ਨਹੀਂ ਦਿੰਦੇ ਛੱਡ ਜਾਂਦੇ ਹਾਂ ਮੇਰੀ ਭੂਆ ਜੀ ਇੰਗਲੈਂਡ ਤੋਂ ਜੀ ਤੇ ਮੇਰੇ ਤਾਇਆ ਜੀ ਵੀ ਤਾਈ ਜੀ ਹੁਣੀ ਸਾਰੇ ਇੰਗਲੈਂਡ ਤੋਂ ਆ ਉਹ ਮੈਨੂੰ ਸਪੋਰਟ ਕਰਦੇ ਪੂਰੀ ਮਤਲਬ ਹੈਲਪ ਹੌਸਲਾ ਦਿੰਦੇ ਕਿ ਪੁੱਤ ਤੂੰ ਅੱਗੇ ਵੱਧ ਤੇਰੇ ਵਿੱਚ ਹੀ ਨਾਮ ਆ ਸਾਡਾ ਜੀ ਸਾਰੇ ਜਣੇ ਮੇਰੇ ਹੈਗੇ ਉੱਦਾਂ ਬਾਹਰ ਇੰਗਲੈਂਡ ਦੇ ਵਿੱਚ ਅਤੇ ਬਟ ਹਾਲਾਤ ਆ ਅਗਲਿਆਂ ਦੇ ਵੀ ਬੱਚੇ ਆ ਜੀ ਅਗਲਿਆਂ ਨੇ ਵੀ ਆਪਣੇ ਬੱਚੇ ਪਾਲਣੇ ਜੀ ਅਤੇ ਮੈਂ ਤਾਂ ਇਹ ਕਹੂੰਗਾ ਕਿ ਜਿੰਨੇ ਵੀ ਯੋਗਾ ਹੈਗਾ ਨਾ ਮੈਂ ਹੌਲੀ ਹੌਲੀ ਅੱਗੇ ਆਊਂਗਾ ਜੀ ਹੌਲੀ ਹੌਲੀ ਕਿ ਸਟੈਪ ਬਾਈ ਸਟੈਪ ਮੈਂ ਤਾਂ ਆਪਣੇ ਜਿੰਨੇ ਵੀ ਮੈਨੂੰ ਪਿਆਰ ਕਰਦੇ ਮੈਂ ਸਾਰਿਆਂ ਨੂੰ ਇਹ ਕਹੂੰਗਾ ਕਿ ਮੈਂ ਇੰਨੀ ਜਲਦੀ ਗਾਣਾ ਤਾਂ ਨਹੀਂ ਕਰ ਸਕਦਾ ਕਿਉਂਕਿ ਲੱਖਾਂ ਰੁਪਈਆ ਵੀਡੀਓ 'ਤੇ ਲੱਗ ਜਾਂਦਾ ਲੱਖਾਂ ਰੁਪਈਆ ਗਾਣੇ 'ਤੇ ਲੱਗ ਜਾਂਦਾ ਅਤੇ ਮੇਰੇ ਫਰੈਂਡ ਹੈਗੇ ਆ ਕਿ ਕੋਈ ਨਹੀਂ ਆਪਾਂ ਤੇਰੇ ਗਾਣਾ ਕਰਾਂਗੇ ਵਿਨਾਇਕ ਭਾਅ ਜੀ ਇੱਕ ਮੇਰਾ ਅਤੇ ਉਹਨੇ ਵੀ ਕਿਹਾ ਕਿ ਤੇਰਾ ਕੋਈ ਨਹੀਂ ਗਾਣਾ ਕਰਾਂਗੇ ਸ਼ਿਵਾ ਮੁੰਡਾ ਆਪਣਾ ਅਤੇ ਹਰ ਕੋਈ ਆ ਰਲ ਮਿਲ ਕੇ ਹੀ ਚੱਲਦਾ ਸਾਰਾ ਕੰਮ ਦੋਸਤ ਹੋਣੇ ਵੀ ਜ਼ਿੰਦਗੀ 'ਚ ਬੜੇ ਜ਼ਰੂਰੀ ਆ ਅਤੇ ਚੰਗੇ ਮਾੜੇ ਦੋਨੇ ਹੀ ਹੋਣੇ ਜ਼ਰੂਰੀ ਕਿਉਂਕਿ ਜਦੋਂ ਮਾੜੇ ਦੋਸਤ ਹੋਣ ਉਹ ਕੁਝ ਨਾ ਕੁਝ ਸਿਖਾ ਕੇ ਜਾਂਦੇ ਆ ਜਿਹੜੇ ਚੰਗੇ ਉਹ ਤਾਂ ਚਲੋ ਚੰਗੇ ਹੈ ਹੀ ਆ ਉਹਨਾਂ ਤਾਂ ਚੰਗੇ ਕਰਨ ਦੀ ਲੋੜ ਵੀ ਨਹੀਂ ਅਤੇ ਨਾ ਹੀ ਉਹਨਾਂ ਨੇ ਬਣਨਾ ਚੰਗੇ ਉਹ ਜਿੱਦਾਂ ਦੇ ਹੈਗੇ ਉਹਨਾਂ ਨੇ ਉੱਦਾਂ ਸਟਿਲ ਰਹਿਣਾ ਸਾਡੇ ਨਾਲ ਪਰ ਕੀ ਲੱਗਦਾ ਹੁੰਦਾ ਕਿ ਜ਼ਿੰਦਗੀ ਦੇ ਵਿੱਚ ਜਿਹੜੇ ਖਾਸ ਦੋਸਤ ਆ ਜਿਹੜੇ ਤੁਹਾਨੂੰ ਹਮੇਸ਼ਾ ਮੋਟੀਵੇਟ ਕਰਦੇ ਆ ਜਿਹਨਾਂ ਤੋਂ ਤੁਸੀਂ ਇੰਸਪਾਇਰ ਹੁੰਦੇ ਆ ਕਿ ਉਹ ਦੋਸਤ ਤੁਹਾਡੇ ਨਾਲ ਜਾਣਗੇ ਕਿਉਂਕਿ ਜਿੱਦਾਂ ਤੁਹਾਡੇ ਅੱਧਿਆਂ ਨੇ ਸਾਥ ਛੱਡ ਦਿੱਤਾ ਇਹਨਾਂ 'ਤੇ ਯਕੀਨ ਬਣਿਆ ਹੋਇਆ ਇਹਨਾਂ 'ਤੇ ਯਕੀਨ ਪਹਿਲਾਂ ਮਾੜੇ ਵਾਲਿਆਂ ਦੀ ਗੱਲ ਕਰ ਲੈਂਦੇ ਆਪਾਂ ਜਦੋਂ ਨਾ ਬੰਦੇ ਦੇ ਪੱਲੇ ਕੁਛ ਨਹੀਂ ਹੁੰਦਾ ਜੀ ਕੁਝ ਵੀ ਨਹੀਂ ਹੁੰਦਾ ਆਪਾਂ ਕਹਿ ਦਈਏ ਆਪਾਂ ਨੋਰਮਲ ਜਿਹੇ ਸਿੰਗਰ ਆ ਜੀ ਤਾਂ ਸਾਰੇ ਸਾਥ ਛੱਡ ਜਾਂਦੇ ਜੀ ਕੋਈ ਨਹੀਂ ਪੁੱਛਦਾ ਅਗਲੇ ਕਹਿੰਦੇ ਆ ਕਿ ਜਾ ਤੂੰ ਐਵੇਂ ਹੀ ਆ ਹੈ ਨਾ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ ਕਿ ਆਪਾਂ ਚੰਗੀ ਚੀਜ਼ ਲੱਭਦੇ ਹੈ ਨਾ ਉਹ ਵੀ ਗਵਾ ਬੈਠਦੇ ਹਾਂ ਅੱਜ ਟਾਈਮ ਆ ਮੇਰੀ ਵੀਡੀਓ ਦੇਖਦੇ ਹੋਗੇ ਸਾਰੇ ਜਿਹਨਾਂ ਨੇ ਜਿਹੜੇ ਮੈਨੂੰ ਛੱਡ ਕੇ ਗਏ ਜੀ ਜਿਹੜੇ ਮੈਨੂੰ ਛੱਡ ਕੇ ਗਏ ਉਹ ਵੀ ਦੇਖਦੇ ਹੋਗੇ ਕਿ ਹਾਂ ਟਾਈਮ ਸੀ ਅਸੀਂ ਉਹਨੂੰ ਛੱਡਿਆ ਪਰ ਆਪਾਂ ਟਾਈਮ ਜ਼ਰੂਰ ਲੈ ਕੇ ਆਵਾਂਗੇ ਮਾਲਕ ਲੈ ਕੇ ਆਊਗਾ ਮੈਂ ਨਹੀਂ ਲੈ ਕੇ ਆਊਂਗਾ ਕਹਿੰਦੇ ਚੜ੍ਹਾਉਣ ਵਾਲੇ ਵੀ ਸਪੋਰਟਡ ਹੁੰਦੇ ਆ ਜੀ ਅਤੇ ਲਾਉਣ ਵਾਲੇ ਵੀ ਉਹੀ ਹੁੰਦੇ ਆ ਜੀ ਤੋਂ ਮਾਲਕ ਦੀ ਜਦੋਂ ਮੌਜ ਹੋਣੀ ਹੈ ਨਾ ਜੀ ਮੈਂ ਤਾਂ ਇਹ ਕਹੂੰਗਾ ਮੌਜ ਹੋਵੇ ਪਰ ਉਹਨਾਂ 'ਤੇ ਵੀ ਹੋਵੇ ਜਿਹੜੇ ਛੱਡ ਕੇ ਗਏ ਆ ਜੀ ਜਿਹੜੇ ਮੈਨੂੰ ਛੱਡ ਕੇ ਗਏ ਉਹਨਾਂ 'ਤੇ ਜ਼ਿਆਦਾ ਹੋਵੇ ਜੀ ਕਿਉਂਕਿ ਸ਼ਾਇਦ ਉਹਨਾਂ ਦੇ ਕਰਕੇ ਹੀ ਅੱਜ ਮੈਂ ਆਹ ਮੁਕਾਮ 'ਤੇ ਬੈਠਾ ਨਹੀਂ ਤਾਂ ਨਹੀਂ ਇੱਥੇ ਬਹਿ ਹੋਣਾ ਸੀ ਜੀ ਤੁਹਾਡੇ ਜਿਹੜਾ ਤੁਸੀਂ ਇੱਕ ਹਰ ਕੋਈ ਮਦਰਸ ਦੇ ਗਾਣੇ ਗਾਉਂਦਾ ਆ ਮਦਰ ਦੇ ਗਾਣੇ ਬਹੁਤ ਆਉਂਦੇ ਆ ਫਾਦਰ ਦਾ ਗਾਣਾ ਜਿਹੜਾ ਸੀਗਾ ਉਹ ਤੁਸੀਂ ਸ਼ਾਇਦ ਲਾਈਵ ਹੋਏ ਸੀਗੇ ਲਾਈਵ ਚੱਲ ਰਿਹਾ ਸੀ ਚੈਨਲ 'ਤੇ ਉਹਦੇ ਦੌਰਾਨ ਬੜਾ ਵਾਇਰਲ ਹੋਇਆ ਅਤੇ ਲੋਕਾਂ ਨੂੰ ਪਸੰਦ ਵੀ ਅਤੇ ਸਾਨੂੰ ਸਪੈਸ਼ਲ ਮੈਸੇਜ ਵੀ ਆਏ ਸੀ ਵੀ ਜਦੋਂ ਦੀਪੂ ਆਉਣਗੇ ਤਾਂ ਉਹਨਾਂ ਤੋਂ ਬਾਪ ਵਾਲਾ ਜ਼ਰੂਰ ਗੀਤ ਸੁਣਿਆ ਹਾਂਜੀ ਬਾਪੂ ਵਾਲਾ ਗਾਣਾ ਸੁਣਾਊਂਗਾ ਜੀ ਉਹ ਲਿਖਿਆ ਸਿੰਘ ਜੀਤ ਭਾਅ ਜੀ ਦਾ ਜੀ ਇਹ ਬਲਰਾਜ ਭਾਅ ਜੀ ਦੇ ਗਾਣੇ ਬਹੁਤ ਕੀਤੇ ਭਾਅ ਜੀ ਨੇ ਲਿਖੇ ਜੀ ਅਤੇ ਮੈਂ ਭਾਅ ਜੀ ਨੂੰ ਪੁੱਛਦਾ ਹੁੰਦਾ ਸੀ ਬਾਈ ਮੈਂ ਗਾਣਾ ਕਰ ਦੇਵਾਂ ਭਾਅ ਜੀ ਕਹਿੰਦਾ ਕਿ ਨਹੀਂ ਮੈਂ ਕਿਸੇ ਨੂੰ ਦਿੱਤਾ ਹੋਇਆ ਹੈ ਨਾ ਪਰ ਫਿਰ ਵੀ ਮੈਂ ਕਹਿੰਦਾ ਹੁੰਦਾ ਸੀ ਮੈਂ ਕਿਹਾ ਬਾਈ ਮੈਂ ਸਟੇਜ 'ਤੇ ਗਾਉਣਾ ਕਹਿੰਦਾ ਕੋਈ ਨਹੀਂ ਸਾਰੇ ਗਾਉਂਦੇ ਤੂੰ ਵੀ ਗਾ ਲਿਆ ਕਰ ਹੈ ਨਾ ਮੈਂ ਫਿਰ ਇਹਦੀ ਮੈਂ ਰਿਹਰਸਲ ਬਹੁਤ ਕੀਤੀ ਦਿਨ ਰਾਤ ਕਿਉਂਕਿ ਸੁਰ ਨਹੀਂ ਬੈਠਦਾ ਸੈੱਟ ਕਿ ਹਰ ਚੀਜ਼ ਨੂੰ ਦੇਖਣਾ ਪੈਂਦਾ ਨਾ ਸਿੰਘ ਜੀਤ ਵੀਰੇ ਬਹੁਤ ਅੱਛਾ ਲਿਖਦਾ ਮੁੰਡਾ ਬਹੁਤ ਅੱਛਾ ਬਹੁਤ ਮੈਂ ਤਾਂ ਕਹਿੰਦਾ ਅੱਲਾ ਪਾ ਕੇ ਇਹਦੇ ਵੀ ਰੰਗ ਭਾਗ ਲਾਈ ਰੱਖੇ ਸੁਣਾ ਦਿੰਦਾ ਬਾਪੂ ਵਾਲਾ ਸੌਂਗ
ਦਿਲ ਵਿੱਚ ਦੱਬ ਕੇ ਫਿਕਰਾਂ ਨੂੰ ਬੇਫਿਕਰ ਬਣਾਇਆ ਸਾਨੂੰ, ਤੰਗੀਆਂ ਮੰਦੀਆਂ ਚੱਲ ਕੇ ਫਿਰ ਵੀ ਖੂਬ ਪੜਾਇਆ ਸਾਨੂੰ, ਦਿਲ ਵਿੱਚ ਦੱਬ ਕੇ ਫਿਕਰਾਂ ਨੂੰ ਬੇਫਿਕਰ ਬਣਾਇਆ ਸਾਨੂੰ, ਤੰਗੀਆਂ ਮੰਦੀਆਂ ਚੱਲ ਕੇ ਫਿਰ ਵੀ ਖੂਬ ਪੜਾਇਆ ਸਾਨੂੰ, ਕੱਲਾ ਹੀ ਚੁੱਕੀ ਫਿਰਦਾ ਬੋਝਾ ਪੂਰੇ ਕਰਦਾ ਵੀ, ਆ ਰੱਬ ਵੀ ਨਹੀਂ ਬਣ ਸਕਦਾ ਮੇਰੇ ਬਾਪੂ ਵਰਗਾ ਵੀ, ਆ ਰੱਬ ਵੀ ਨਹੀਂ ਬਣ ਸਕਦਾ ਮੇਰੇ ਬਾਪੂ ਵਰਗਾ ਵੀ, ਆ ਰੱਬ ਵੀ ਉਹ ਨਹੀਂ ਬਣ ਸਕਦਾ ਮੇਰੇ ਬਾਪੂ ਵਰਗਾ ਵੀ. ਜਦੋਂ ਪਿਓ ਜਾਂ ਪੁੱਤ ਕਹਿੰਦੇ ਹੁੰਦੇ ਨਾ, ਜਦੋਂ ਮੁੰਡੇ ਦੇ ਜੁੱਤੀ ਪੈਰਾਂ 'ਚ ਆਉਣ ਲੱਗ ਪਵੇ ਪਿਓ ਦੀ, ਤਾਂ ਮੁੰਡਾ ਬਾਪੂ ਦੇ ਫਰੈਂਡ ਬਣ ਜਾਂਦਾ, ਦੋਸਤ ਬਣ ਜਾਂਦਾ, ਅਤੇ ਕੋਈ ਮਗਰ ਨਹੀਂ ਆਉਂਦਾ ਬਾਈ. ਮੈਂ ਤਾਂ ਇਹ ਕਹੂੰਗਾ, ਜਿੰਨੇ ਮਰਜ਼ੀ ਰੈਲੀਆਂ ਭਰ ਲਓ, ਜਿੰਨਾ ਮਰਜ਼ੀ ਸਭ ਕੁਛ ਕਰ ਲਓ, ਪਿਓ ਤੋਂ ਇਲਾਵਾ ਕੋਈ ਮਗਰ ਨਹੀਂ ਤੁਹਾਡੇ ਆਊਗਾ. ਅਤੇ ਪਿਓ ਦਾ ਅੰਤਰਾ ਸੀਗਾ ਸਿੰਘ ਜੀਤ ਵੀਰੇ ਦਾ, ਸੁਣਾ ਦਿੰਦਾ. ਦੁੱਖ ਦਰਦ ਮੁਸੀਬਤ ਅੱਜ ਵੀ ਸਾਰੀ ਲਾ ਕੇ ਲੈ ਜਾਂਦਾ, ਹੋ ਮੈਂ ਹੈ ਗਾਂ ਪੁੱਤ ਡਰ ਨਾ ਦੇ ਕੇ ਥਾਪੀ ਕਹਿ ਜਾਂਦਾ, ਦੁੱਖ ਦਰਦ ਮੁਸੀਬਤ ਅੱਜ ਵੀ ਸਾਰੀ ਲਾ ਕੇ ਹੀ ਲੈ ਜਾਂਦਾ, ਮੈਂ ਹੈ ਗਾਂ ਪੁੱਤ ਡਰ ਨਾ ਦੇ ਕੇ ਥਾਪੀ ਕਹਿ ਜਾਂਦਾ, ਸਿੰਘ ਜੀਤ ਨਾ ਤੁਲਨਾ ਤਾਈਓ ਉਹਦੀਆਂ, ਰੱਬ ਵੀ ਉਹ ਕਰਦਾ ਵੀ, ਆ ਰੱਬ ਵੀ ਨਹੀਂ ਬਣ ਸਕਦਾ ਸਾਡੇ ਬਾਪੂ ਵਰਗਾ ਵੀ, ਆ ਰੱਬ ਵੀ ਨਹੀਂ ਬਣ ਸਕਦਾ ਮੇਰੇ ਬਾਪੂ ਵਰਗਾ ਵੀ, ਆ ਰੱਬ ਵੀ ਉਹ ਨਹੀਂ ਬਣ ਸਕਦਾ ਮੇਰੇ ਬਾਪੂ ਵਰਗਾ ਵੀ. ਸੀਰੀਅਸਲੀ ਇਹ ਸੱਚਾਈ ਹੈ, ਇਹਨੂੰ ਕੋਈ ਜੁਟਲਾ ਨਹੀਂ ਸਕਦਾ ਕਿ ਜਿੱਥੇ ਬਾਪ ਨੇ ਜਿੱਥੇ ਫਾਦਰ ਨੇ ਖੜ ਜਾਣਾ ਉੱਥੇ ਕੋਈ ਨਹੀਂ ਖੜਦਾ, ਕੋਈ ਵੀ ਨਹੀਂ ਖੜਦਾ. ਸੋ ਬੜਾ ਅੱਛਾ ਸਿੰਘ ਜੀਤ ਵੀਰ ਨੇ ਲਿਖਿਆ ਹੈ ਵੀ ਜਿੱਥੇ ਬਾਪ ਵਾ ਉੱਥੇ ਬਾਪ ਦੀ ਜਗ੍ਹਾ ਕੋਈ ਵੀ ਨਹੀਂ ਲੈ ਸਕਦਾ, ਪਰ ਮਦਰ ਦੀ ਵੀ ਜਗ੍ਹਾ ਕੋਈ ਨਹੀਂ ਲੈ ਸਕਦਾ. ਨਹੀਂ ਮਾਂ ਦੀ ਥਾਂ ਆਪਦੀ ਆਪਦੀ ਹੈ. ਮਾਂ ਲਈ ਐਵੇਂ ਆ, ਕਮਲ ਖਾਨ ਵੀਰੇ ਦਾ ਗਾਣਾ ਗਾਇਆ ਹੋਇਆ, ਤੇ ਮਾਂ ਦਾ ਜ਼ਿਕਰ. ਮੈਂ ਤੁਸੀਂ ਹੋਰ ਗੱਲ ਕਰੋ, ਮੈਂ ਮਾਂ ਦਾ ਜ਼ਿਕਰ ਜ਼ਰੂਰ ਸੁਣਾ ਕੇ ਜਾਊਂਗਾ. ਜੇ ਗੱਲ ਕਰੀਏ ਕਿ ਜੇ ਦੀਪੂ ਲੱਗਦਾ ਹੁੰਦਾ ਨਾ ਜ਼ਿੰਦਗੀ ਦੇ ਵਿੱਚ ਸਮ ਟਾਈਮ ਵੀ ਅਸੀਂ ਹੁਣ ਅੱਗੇ ਵਧਣਾ ਚਾਹੁੰਦੇ ਹਾਂ ਪਰ ਸਾਡੇ ਕੋਲ ਉਹ ਸੋਰਸ ਨਹੀਂ ਹੈਗੇ, ਪਰ ਹੁਣ ਤਾਂ ਤੁਹਾਡੇ ਕੋਲ ਸੋਰਸ ਵੀ ਆ ਗਏ ਹੋਣੇ, ਲਿੰਕਸ ਵੀ ਬਣ ਗਏ ਹੋਣੇ ਆ, ਬਹੁਤ ਸਾਰੇ ਲੋਕ ਤੁਹਾਡੇ ਲਿੰਕਾਂ 'ਤੇ ਤੁਸੀਂ ਵਿਚਰਦੇ ਆ. ਲਿੰਕ ਤਾਂ ਬਹੁਤ ਹੈ ਜੀ, ਹੈ ਨਾ, ਲਿੰਕ ਭਰਾਵਾਂ ਕਰਕੇ ਜਾਂ ਜਿਨ੍ਹਾਂ ਦੇ ਨਾਲ ਮੈਂ ਗਿਆ ਜੀ, ਹੈ ਨਾ, ਕੋਰਸ ਦੇ ਜਾਂਦਾ ਉਹਨਾਂ ਦੇ ਥਰੂ ਲਿੰਕ ਬਣੇ, ਮਜੀਸ਼ੀਅਨ ਮੇਰੇ ਵੱਡੇ ਭਰਾ ਸਿੰਗਰ ਜਿੰਨੇ ਵੀ ਸਾਰੇ ਆ, ਹੈ ਨਾ, ਅਤੇ ਪਰਸੋਂ ਬੂਟੇ ਮੁਹੰਮਦ ਭਾਜੀ ਦੇ ਚਾਚਾ ਜੀ ਉਹਨਾਂ ਦੇ ਘਰ ਸ਼ੋਅ ਸੀਗਾ, ਉੱਥੇ ਵੀ ਆਏ ਸੀਗੇ ਆਪਾਂ, ਸਾਰੀ ਜਗ੍ਹਾ ਜਾਈਦਾ, ਉੱਥੇ ਲਿੰਕ ਬਣਦੇ, ਹੈ ਨਾ, ਇੱਕ ਦੂਜੇ ਨੂੰ ਮਿਲ ਕੇ ਹੀ ਸਭ ਕੁਛ ਬਣਦਾ ਜੀ, ਹੈ ਨਾ. ਅਤੇ ਬਟ ਲਿੰਕ ਜਦੋਂ ਆਪਾਂ ਕਿਸੇ ਨੂੰ ਫੋਨ ਕਰੀਏ ਨਾ, ਕਈ ਬੰਦੇ ਫੋਨ ਹੀ ਨਹੀਂ ਚੱਕਦੇ ਜੀ, ਕਈ ਬੰਦੇ ਫੋਨ ਨਹੀਂ ਚੱਕਦੇ. ਬਟ ਮੈਂ ਇਹ ਜ਼ਰੂਰ ਕਹੂੰਗਾ ਯਾਰ, ਭਾਵਾਂ ਆਪਾਂ ਜਦੋਂ ਜੀਰੋ ਸੀ, ਹੈ ਨਾ, ਉਦੋਂ ਆਪਾਂ ਨੂੰ ਕੋਈ ਵੀ ਨਹੀਂ ਪੁੱਛਦਾ ਹੁੰਦਾ ਸੀ ਜੀ, ਜੇ ਅੱਜ ਬੰਦਾ ਕੁਛ ਬਣ ਜਾਂਦਾ ਨਾ, ਤਾਂ ਬੰਦਾ ਉਹਨੂੰ ਵੀ ਭੁੱਲ ਜਾਂਦਾ ਜਿਹਨੇ ਇੰਨਾ ਕੁਛ ਕੀਤਾ ਹੋਵੇ ਤੁਹਾਡੇ ਲਈ. ਪਰ ਮੈਂ ਇਹ ਕਹੂੰਗਾ, ਭਾਵਾਂ ਸਪੋਰਟਡ ਹੋਣ ਅਤੇ ਭਾਵਾਂ ਉਹਨਾਂ ਦੇ ਫਰੈਂਡਸ ਹੋਣ, ਭਾਵਾਂ ਉਹਨਾਂ ਦਾ ਕੋਈ ਘਰ ਦਾ ਹੋਵੇ ਤਾਂ ਭਾਵਾਂ ਹੋਵੇ ਕੋਈ ਬਾਹਰਲਾ ਜੀ, ਪਰ ਫੋਨ ਹਰ ਕਦਾ ਚੱਕਿਆ ਕਰੋ ਯਾਰ ਜੀ, ਕਿਉਂ ਇਹ ਆਪਾਂ ਕਹਿੰਦੇ ਹੁੰਦੇ ਨਾ, ਟਾਈਮ ਦਾ ਨਹੀਂ ਪਤਾ ਹੁੰਦਾ, ਟਾਈਮ ਘੜੀ ਜੇ ਅੱਜ 12 ਵਜੇ ਕੱਲ੍ਹ ਨੂੰ ਵੀ 12 ਵੱਜਣੇ ਹੀ ਆ ਜੀ, ਹੈ ਨਾ, ਹੌਲੀ ਹੌਲੀ ਟਾਈਮ ਵੱਧਦਾ ਜਾਂਦਾ, ਆਪ ਹੀ ਵੱਧੂਗਾ ਜੀ, ਵੱਧਦਾ ਜ਼ਰੂਰ ਆ. ਪਰ ਮੈਂ ਇਹ ਕਹੂੰਗਾ ਕਿ ਫੋਨ ਚੱਕਿਆ ਕਰੋ, ਭਾਵਾਂ ਕੋਈ ਵੀ ਆ, ਭਾਵਾਂ ਮੇਰਾ ਮੈਂ ਹੀ ਨਹੀਂ, ਹਰ ਕਦੇ ਚੱਕਿਆ ਕਰੋ ਯਾਰ ਜੀ. ਆਪਾਂ ਜਦੋਂ ਜੀਰੋ ਹੁੰਦੇ ਨਾ, ਪਤਾ ਉਦੋਂ ਪਤਾ ਲੱਗਦਾ ਕਿ ਹਾਂ ਯਾਰ, ਉਦੋਂ ਆਪਾਂ ਨੂੰ ਕੋਈ ਵੀ ਨਹੀਂ ਜਾਣਦਾ. ਜੇ ਤੁਹਾਨੂੰ ਅੱਜ ਤੁਹਾਡਾ ਨਾਮ ਬਣਿਆ, ਤੁਸੀਂ ਕਿਉਂ ਨਹੀਂ ਫੋਨ ਚੱਕਦੇ ਜੀ, ਫੋਨ ਚੱਕਣਾ ਜ਼ਰੂਰੀ ਹੈ ਜੀ. ਇਨਸ਼ਾਅੱਲਾ ਤੁਹਾਡਾ ਵੀ ਨਾਮ ਬੜੀ ਜਲਦੀ ਬਣਨ ਵਾਲਾ ਹੈ. ਨਹੀਂ ਬਟ ਮੈਂ ਪਰਮਾਤਮਾ ਨੇ ਸੂਰ ਦਿੱਤਾ, ਸਾਂਝ ਦਿੱਤੀ ਆ, ਉਸ ਹਿਸਾਬ ਨਾਲ ਤੁਸੀਂ ਵੀ ਬੜੀ ਜਲਦੀ ਮੁਕਾਮ ਹਾਸਲ ਕਰ ਲੈਣਾ. ਸੋ ਇੰਨਾ ਵੀ ਜੇ ਕਰ ਰਹੇ ਤਾਂ ਬੜੀ ਅੱਛੀ ਗੱਲ ਆ ਕਿ ਤੁਸੀਂ ਇਸ ਮੁਕਾਮ 'ਤੇ ਵੀ ਪਹੁੰਚ ਗਏ. ਪੈਸਾ ਨਹੀਂ ਹੈਗਾ ਪਰ ਅੱਗੇ ਵਧਾਂਗੇ, ਪੈਸਾ ਨਹੀਂ ਹੈਗਾ, ਸਿਰਫ ਮੈਂ ਸੱਚੀ ਡਰਦਾ ਕਹਿੰਦਾ ਦਰਬਾਰ ਤੋਂ, ਮੈਂ ਪੈਸਾ ਨਹੀਂ, ਇੱਕ ਰੁਪਈਆ ਨਹੀਂ ਹੈਗਾ. ਪੈਸਾ ਜਦੋਂ ਆ ਗਿਆ ਨਾ, ਉਹ ਤਾਂ ਬੰਦਾ ਆਟੋਮੈਟਿਕਲੀ ਬਣ ਜਾਂਦਾ, ਪਰ ਜਿਹਦੇ ਬੰਦੇ ਕੋਲ ਪੈਸਾ ਆਉਂਦਾ ਪਰ ਉਹ ਵੀ ਨਹੀਂ ਕਈ ਵੇਲੇ ਬਣਦਾ ਜੀ. ਕਿਉਂ ਨਹੀਂ ਬਣਦਾ? ਕਿਉਂਕਿ ਪਤਾ ਕਿ ਹਾਂ ਪੈਸਾ ਹੈਗਾ ਪਰ ਲਿੰਕ ਹੈ ਨਹੀਂ ਜੀ, ਲਿੰਕ ਤੋਂ ਬਗੈਰ ਕੁਛ ਨਹੀਂ ਬਣਦਾ, ਹੈ ਨਾ. ਜਦੋਂ ਚੜ੍ਹਨਾ ਆ ਉਹ ਮਾਲਕ ਨੇ ਚੜ੍ਹਾਉਣਾ ਹੀ ਚੜ੍ਹਾਉਣਾ ਜੀ, ਪਤਾ ਨਾ ਕਿ ਤੁਹਾਡੇ ਮੋਹਰ ਲੱਗ ਗਈ ਆ, ਉਹ ਤਾਂ ਪਤਾ ਆ ਕਿ ਆਹ ਗਾਣਾ ਹਿੱਟ ਵਾ ਤੁਹਾਡਾ ਜੀ, ਪਰ ਪੈਸਾ ਹੋਣਾ ਵੀ ਜ਼ਰੂਰੀ ਆ,
ਮਿਹਨਤ ਕਰਨੀ ਵੀ ਬਹੁਤ ਜ਼ਰੂਰੀ ਹੈ ਜੀ। ਅੰਤ ਦੇ ਵਿੱਚ ਸਾਡੇ ਦਰਸ਼ਕਾਂ ਨੂੰ, ਕਿਉਂਕਿ ਬੜਾ ਯੂਥ ਹੈ, ਉਹ ਸਾਡਾ ਜਿਹੜਾ ਜਜ਼ਬਾਤ ਪ੍ਰੋਗਰਾਮ ਹੈ ਉਹ ਸਪੈਸ਼ਲੀ ਯੂਥ ਵਾਸਤੇ ਪ੍ਰੋਗਰਾਮ ਹੈ ਕਿ ਯੂਥ ਕੁਝ ਸੇਧ ਲੈ ਸਕੇ, ਕੁਝ ਸਿੱਖ ਸਕੇ, ਕਿਉਂਕਿ ਸਮਟਾਈਮ ਅਸੀਂ ਇਹੋ ਜਿਹੇ ਉਹਦੇ ਵਿੱਚ ਘੁੰਮਣ ਘੇਰੀਆਂ 'ਚ ਫਸੇ ਹੁੰਦੇ, ਸਾਡੇ ਕੋਲ ਡਿਸੀਜ਼ਨ ਨਹੀਂ ਸਹੀ ਲੈ ਜਾਂਦੇ। ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਡੇ ਸਪੈਸ਼ਲੀ ਯੂਥ ਨੂੰ, ਕਿਉਂਕਿ ਤੁਸੀਂ ਆਲਸੋ ਯੂਥ ਆ? ਮੈਂ ਤਾਂ ਇਹ ਕਹੂੰਗਾ ਜੀ, ਦੇਖੋ ਨਾ ਕੋਈ ਨਸ਼ੇ 'ਚ ਪਿਆ ਜੀ, ਠੀਕ ਹੈ, ਜਿਹੜਾ ਵੀ ਵੀਰ ਜਾਂ ਕੋਈ ਵੀ ਇਨਸਾਨ ਨਸ਼ੇ 'ਚ ਪਿਆ ਨਾ, ਕੁਛ ਨਹੀਂ ਰੱਖਿਆ ਨਸ਼ੇ 'ਚ ਜੀ, ਠੀਕ ਹੈ। ਮੇਰਾ ਭਰਾ ਕੋਈ ਵੀ ਹੋਵੇ, ਕੋਈ ਵੀ ਵੀਰ ਭਰਾ ਭੈਣ ਹਰ ਕੋਈ ਹੋਵੇ, ਮੈਂ ਤਾਂ ਇਹ ਕਹੂੰਗਾ ਆਪਣਾ ਨਾਂ ਬਣਾਓ, ਤੁਹਾਡੇ ਨਾਂ ਤੋਂ ਤੁਹਾਡੇ ਘਰਦਿਆਂ ਨੂੰ ਜਾਣਨ ਜੀ, ਠੀਕ ਹੈ। ਅਤੇ ਜਦੋਂ ਤੁਹਾਡਾ ਨਾਂ ਬਣ ਗਿਆ ਨਾ, ਤਾਂ ਤੁਹਾਡੇ ਮੰਮੀ ਪਾਪਾ ਨੂੰ ਬਹੁਤ ਪ੍ਰਾਊਡ ਫੀਲ ਹੋਣਾ ਕਿ ਹਾਂ ਸਾਡਾ ਬੱਚਾ ਆਇਆ, ਉਹਦੇ ਕਰਕੇ ਅੱਜ ਸਾਡਾ ਨਾਂ ਬਣਿਆ। ਪਹਿਚਾਣ ਛੱਡ ਕੇ ਜਾਓ ਜੇ ਆਏ ਆ ਤਾਂ ਜ਼ਿੰਦਗੀ ਦੇ ਵਿੱਚ, ਸਭ ਤੋਂ ਜ਼ਰੂਰੀ ਪਹਿਚਾਣ ਆ ਜੀ, ਇਹ ਪਹਿਚਾਣ। ਬਹੁਤ ਬਹੁਤ ਸ਼ੁਕਰੀਆ ਦੀਪੂ ਤੁਹਾਡਾ ਕਿ ਤੁਸੀਂ ਸਾਡੇ ਸਟੂਡੀਓ 'ਚ ਆਏ, ਅਤੇ ਉੱਤੋਂ ਤੁਹਾਡੀ ਸਿਹਤ ਵੀ ਠੀਕ ਨਹੀਂ ਸੀ, ਅਤੇ ਤੁਸੀਂ ਉਹਦੇ ਦਰਮਿਆਨ ਵੀ ਸਾਡੇ ਬੁਖਾਰ ਹੋਇਆ ਸੀ, ਟਾਈਫਾਇਡ ਆ, ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਨੇ। ਅਤੇ ਮੈਂ ਤਾਂ ਦਰਸ਼ਕਾਂ ਨੂੰ ਇਹ ਕਹੂੰਗੀ ਕਿ ਅਕਸਰ ਜ਼ਿੰਦਗੀ ਦੇ ਵਿੱਚ ਚੰਗਾ ਸਾਥ ਵੀ ਮਿਲਦਾ ਅਤੇ ਮਾੜਾ ਵੀ ਮਿਲਦਾ, ਉਹ ਤੁਹਾਡੇ 'ਤੇ ਡਿਪੈਂਡ ਕਰਦਾ ਆ ਕਿ ਤੁਸੀਂ ਚੰਗਾ ਸਾਥ ਰੱਖਣਾ ਜਾਂ ਮਾੜਾ ਰੱਖਣਾ। ਪਰ ਦੀਪੂ ਹੋਰਾਂ ਨੇ ਚੰਗਾ ਸਾਥ ਰੱਖਿਆ ਅਤੇ ਪਰਮਾਤਮਾ ਨੇ ਉਹਨਾਂ ਨੂੰ ਇਸ ਮੁਕਾਮ 'ਤੇ ਪਹੁੰਚਾਇਆ। ਅਤੇ ਹਮੇਸ਼ਾ ਇੱਕ ਖਾਸੀਅਤ ਮੈਨੂੰ ਉਹਨਾਂ 'ਚ ਜਿਹੜੀ ਚੀਜ਼ ਲੱਗੀ ਕਿ ਉਹ ਪੋਜ਼ਿਟਿਵ ਬੜਾ ਆ, ਚਾਹੇ ਉਹਨਾਂ ਨਾਲ ਕਿਸੇ ਨੇ ਚੰਗੀ ਕੀਤੀ ਚਾਹੇ ਉਹਨਾਂ ਨਾਲ ਕਿਸੇ ਨੇ ਮਾੜੀ ਕੀਤੀ, ਉਹਨਾਂ ਦੇ ਲਈ ਵੀ ਚੰਗਾ ਹੀ ਸੋਚਦੇ ਪਏ ਜਿਨ੍ਹਾਂ ਨੇ ਇਹਨਾਂ ਦੇ ਨਾਲ ਇਹਨਾਂ ਦਾ ਸਾਥ ਛੱਡ ਦਿੱਤਾ। ਅਤੇ ਪਰਮਾਤਮਾ ਉਹਨਾਂ ਨੂੰ ਉਸ ਮੁਕਾਮ 'ਤੇ ਪਹੁੰਚਾਉਣ ਕਿ ਇਹਨਾਂ ਦੀ ਪੋਜ਼ਿਟਿਵਿਟੀ ਜਿਹੜੀ ਉਹ ਇਸੇ ਤਰ੍ਹਾਂ ਬਰਕਰਾਰ ਰਹੇ, ਅਤੇ ਕਦੇ ਵੀ ਕਿਸੇ ਦੇ ਲਈ ਮੰਦਾ ਸ਼ਬਦ ਨਾ ਨਿਕਲੇ। ਕਿਉਂਕਿ ਅੱਜ ਵੀ ਅਸੀਂ ਬਹੁਤ ਸਾਰੇ ਸਵਾਲ ਉਹਨਾਂ ਤੋਂ ਪੁੱਛੇ, ਅਤੇ ਉਹਨਾਂ ਨੇ ਇਹੀ ਕਿਹਾ ਵੀ ਮਾਲਕ ਉਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ੇ ਜਿਹਨਾਂ ਨੇ ਮੇਰਾ ਸਾਥ ਛੱਡ ਦਿੱਤਾ। ਸੋ ਇਸੇ ਤਰ੍ਹਾਂ ਇਹ ਬਰਕਰਾਰ ਰਹਿਣ, ਇਸੇ ਤਰ੍ਹਾਂ ਚੜ੍ਹਦੀਆਂ ਕਲਾ 'ਚ ਰਹਿਣ, ਅਤੇ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਫਿਰ ਅਸੀਂ ਇੰਟਰਵਿਊ ਕਰੀਏ ਤੁਹਾਡਾ। ਜਲਦੀ ਜਲਦੀ ਗਾਣਾ ਆਊਗਾ ਤਾਂ ਮੈਂ ਜ਼ਰੂਰ ਕਰੂੰਗਾ ਜੀ ਇੰਟਰਵਿਊ, ਅਤੇ ਸਾਨੂੰ ਵੀ ਇੰਤਜ਼ਾਰ ਰਹੂਗਾ ਕਿ ਤੁਹਾਡਾ ਫਟਾਫਟ ਗਾਣਾ ਕਰਨਾ, ਜਲਦੀ ਕਰਾਂਗੇ ਗਾਣਾ। ਹਾਂਜੀ ਹਾਂਜੀ, ਸੋ ਇਸੇ ਦੇ ਨਾਲ ਮੈਨੂੰ ਕੀਰਤੀ ਨੂੰ ਦੋ ਇਜਾਜ਼ਤ, ਫਿਰ ਦੁਬਾਰਾ ਲੈ ਕੇ ਹਾਜ਼ਰ ਹੋਵਾਂਗੀ ਪ੍ਰੋਗਰਾਮ ਸੰਸਾਰ। ਧੰਨਵਾਦ, ਸਤਿ ਸ਼੍ਰੀ ਅਕਾਲ।